ਮਿੱਤਰਾਂ ਪਿਆਰਿਆਂ ਨੂੰ ਚੰਨ ਤੇ ਸਿਤਾਰਿਆਂ ਨੂੰ ਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ, ਹੈਲੋ ਹੈ ਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਜ਼ਾਇਨੂ ਜਲਵੇ ਜੱਗੀ ਦੇ ਪ੍ਰੋਗਰਾਮ ਦੇ ਵਿੱਚ ਜੀ। ਪਿਛਲੇ ਪ੍ਰੋਗਰਾਮ ਜਿਹੜੇ ਪਿਛਲੇ ਹਫ਼ਤੇ ਅਸੀਂ ਸਿਨਸਿਨੈਟੀ ਤੋਂ ਕੀਤੇ ਸੀ, ਓਹਾਇਓ ਦੇ ਉੱਤੋਂ, ਤੁਸੀਂ ਬਹੁਤ ਪਸੰਦ ਕੀਤੇ ਆ। ਬੇਸ਼ੱਕ ਤੁਹਾਡੀਆਂ ਕਾਲਾਂ ਨਹੀਂ ਲਈਆਂ, ਪਰ ਫਿਰ ਵੀ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ, ਤੁਹਾਡੀ ਬੜੀ ਮਿਹਰਬਾਨੀ। ਬਾਕੀ ਗੱਲਾਂ ਪਤਾ ਕਰੀਏ, ਅੱਜ ਫਿਰ ਇੱਥੋਂ ਪ੍ਰੋਗਰਾਮ ਕਰ ਰਹੇ ਹਾਂ ਅਤੇ ਅਸੀਂ ਕੱਲ੍ਹ ਤੋਂ ਜਿਹੜੇ ਪ੍ਰੋਗਰਾਮ ਫਿਰ ਫਰਿਜਨੋ ਤੋਂ ਜਾਂ ਫਰਿਜਨੋ ਦੇ ਆਲੇ ਦੁਆਲੇ ਏਰੀਏ 'ਚੋਂ ਕਰਾਂਗੇ। ਪਰ ਉੱਥੇ ਚੰਗੀ ਗੱਲ ਜਿਹੜੀ ਘਰਾਂ ਵਿੱਚ ਬੈਠੇ ਦਰਸ਼ਕਾਂ ਵਾਸਤੇ ਇਹ ਹੋਏਗੀ, ਜਿੱਥੇ ਐਂਟਰਟੇਨਮੈਂਟ ਤਾਂ ਹੋਏਗੀ ਹੋਏਗੀ, ਥੋੜ੍ਹੀ ਆਊਟਿੰਗ ਤਾਂ ਹੋਏਗੀ ਹੋਏਗੀ, ਨਾਲ ਦੀ ਨਾਲ ਅਸੀਂ ਕਾਲਾਂ ਜਿਹੜੀਆਂ ਉੱਥੋਂ ਵੀ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗੇ, ਤੁਹਾਡੀਆਂ ਕਾਲਾਂ ਬਕਾਇਦਾ ਲਿਆ ਕਰਾਂਗੇ ਜੀ। ਅੱਜ ਮੰਡੇ, ਸੁਨਹਿਰੀ ਸਫ਼ਰ ਜਿਹੜਾ ਕਰੀਦਾ ਅੱਜ, ਓਲਡ ਇਜ਼ ਗੋਲਡ ਐਂਡ ਗੋਲਡ ਨੈਵਰ ਓਲਡ, ਸਿਆਣੇ ਕਹਿ ਗਏ ਨੇ। ਪੁਰਾਣੀ ਗੱਲ ਜਦੋਂ ਵੀ ਕੋਈ ਕਰੀਦੀ ਹੈ, ਚਾਹੇ ਉਹ ਗੀਤਾਂ ਦੀ ਗੱਲ ਹੋਵੇ, ਚਾਹੇ ਕਿਸੇ ਕਲਾਕਾਰ ਦੀ ਗੱਲ ਹੋਵੇ, ਅਤੇ ਚਾਹੇ ਪੁਰਾਣੀ ਸਾਡੇ ਕੋਈ ਪੰਜਾਬ ਦੀ ਗੱਲ ਹੋਵੇ, ਸਾਡੇ ਦਰਸ਼ਕ ਜਿਹੜੇ ਹੈਗੇ ਨੇ ਪੰਜਾਬੀ ਬਿਲਕੁਲ ਤੈਅ ਦਿਲੋਂ ਨਾਲ ਜੁੜਦੇ ਨੇ ਅਤੇ ਵੱਧ ਤੋਂ ਵੱਧ ਹਿੱਸਾ ਉਹ ਲੈਂਦੇ ਨੇ ਇਸ ਪ੍ਰੋਗਰਾਮ ਦੇ ਵਿੱਚ। ਅੱਜ ਅਗਰ ਗੱਲ ਕਰੀਏ ਓਲਡ ਇਜ਼ ਗੋਲਡ ਦੇ ਵਿੱਚ, ਜਾਂ ਗੱਲ ਕਰੀਏ ਅਸੀਂ ਸੁਨਹਿਰੀ ਸਫ਼ਰ ਦੀ, ਅਤੇ ਅੱਜ ਸੁਨਹਿਰੀ ਸਫ਼ਰ ਮੈਂ ਇੱਕ ਐਸੇ ਕਲਾਕਾਰ ਦਾ ਤੁਹਾਡੇ ਨਾਲ ਸਾਂਝਾ ਕਰਨਾ ਜਿਹਨੇ ਇਉਂ ਕਹਿ ਲਓ ਕਿ ਵੱਖਰੀਆਂ ਲੀਹਾਂ ਪਾਈਆਂ ਆਪਣੇ ਗਾਇਕੀ ਦੇ ਵਿੱਚ, ਕਹਿ ਲਓ ਚਾਹੇ ਇਉਂ ਕਹਿ ਲਓ ਕਿ ਉਹਨਾਂ ਨੇ ਜਿਹੜਾ ਵੀ ਰੰਗ ਪੇਸ਼ ਕੀਤਾ ਉਹਦੇ 'ਚ ਵੱਖਰਾ ਰੰਗ ਪੇਸ਼ ਕੀਤਾ। ਔਰ ਅਗਲੀ ਗੱਲ ਜਿਹੜੀ ਹੈਗੀ ਹੈ ਕਿ ਕੈਨੇਡਾ ਦੇ ਵਿੱਚ ਉਹਨਾਂ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਨੇ, ਕਿਉਂਕਿ ਕਾਫੀ ਸਮਾਂ ਉਹ ਕੈਨੇਡਾ ਦੇ ਵਿੱਚ ਰਹੇ ਨੇ, ਕਾਫੀ ਸਮਾਂ ਤੋਂ ਭਾਵ ਬਹੁਤ ਸਾਲ, ਇਉਂ ਕਹਿ ਸਕਦੇ ਅਸੀਂ ਕਿ ਜ਼ਿਆਦਾ ਨਹੀਂ ਤਾਂ 37-38 ਸਾਲ ਉਹ ਕੈਨੇਡਾ ਦੇ ਵਿੱਚ ਰਹੇ ਨੇ, 37-38-40 ਸਾਲ ਦੇ ਕਰੀਬ ਉਹ ਕੈਨੇਡਾ ਦੇ ਵਿੱਚ ਰਹੇ ਨੇ। ਉਸ ਕਲਾਕਾਰ ਨੇ ਪਿਰਤਾਂ ਕੀ ਪਾਈਆਂ? ਪਿਰਤਾਂ ਇਹ ਪਾਈਆਂ ਕਿ ਇੱਕ ਹਾਸ ਰੰਗ ਜਿਹੜਾ ਹੁੰਦਾ ਹੱਸਣ ਹਸਾਉਣ ਵਾਲਾ, ਜਾਂ ਵਿਅੰਗਮਈ ਕਵਿਤਾਵਾਂ ਜਿਹੜੀਆਂ ਉਹਨਾਂ ਨੂੰ ਵੱਖਰੇ ਰੂਪ ਵਿੱਚ ਪੇਸ਼ ਕੀਤਾ ਅਤੇ ਪੂਰੀ ਦੁਨੀਆ ਦੇ ਵਿੱਚ ਨਾਮ ਨਾ ਖੱਟਿਆ ਜੀ। ਹਾਂ, ਮੈਂ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਜਿਹੜੇ ਹਜ਼ਾਰਾ ਸਿੰਘ ਰਮਤਾ, ਰਮਤੇ ਨੂੰ ਦੁਨੀਆ ਸਾਰੀ ਜਾਣਦੀ ਹੈ, ਰਮਤੇ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। LP ਰਿਕਾਰਡ ਪਹਿਲਾਂ ਆਉਂਦੇ ਹੁੰਦੇ ਸੀ, ਔਰ ਸਭ ਤੋਂ ਕਮਾਲ ਦੀ ਗੱਲ ਇਹ ਹੁੰਦੀ ਸੀ ਪੂਰੇ ਰਿਕਾਰਡ ਦੇ ਵਿੱਚ ਇੱਕ ਗਾਣਾ ਹੁੰਦਾ ਸੀ, ਅੱਧਾ ਇੱਕ ਪਾਸੇ ਅੱਧਾ ਦੂਜੇ ਪਾਸੇ, ਉਹ ਜਿਉਂ ਇੱਕ ਲੈਅ ਦੇ ਵਿੱਚ ਤੁਰਦੇ ਸੀ, ਇੱਕ ਲੈਅ ਦੇ ਵਿੱਚ ਗਾਉਂਦੇ ਸੀਗੇ ਅਤੇ ਗਾਉਂਦੇ ਜਾਂਦੇ ਸੀ ਅਤੇ ਉਹਨੂੰ ਫਿਰ ਪੂਰਾ ਗੀਤ ਵਿੱਚੋਂ ਇਹ ਨਹੀਂ, ਹੁਣ ਮੈਂ ਵੀ ਅੱਜ ਦੀਆਂ ਉਹਨਾਂ ਦੇ ਗੀਤ ਜਿਹੜੇ ਕੱਢੇ ਆ, ਅਤੇ ਜਦੋਂ ਕੱਟਣਾ ਗੀਤ ਕਿੱਥੋਂ ਤੂੰ ਪੂਰਾ ਦਿਖਾ ਨਹੀਂ ਹੋਣਾ, ਕਿਉਂਕਿ ਸਮਾਂ ਥੋੜ੍ਹਾ ਹੁੰਦਾ, ਤੁਹਾਡੀਆਂ ਕਾਲਾਂ ਵੀ ਲੈਣੀਆਂ ਹੁੰਦੀਆਂ, ਜਦੋਂ ਗੀਤ ਕੱਟਣਾ ਜੀ ਉੱਥੇ ਮਸੀ ਮੈਨੂੰ ਜਗ੍ਹਾ ਮਿਲੀ ਵੀ ਇੱਥੇ ਰਮਤਾ ਜੀ ਨੇ ਸਾਹ ਲਿਆ ਅਤੇ ਇੱਥੇ ਇਹਨਾਂ ਦਾ ਗਾਣਾ ਆਪਾਂ ਕੱਟ ਸਕਦੇ ਹਾਂ। ਜਨਮ ਦੀ ਗੱਲ ਕਰੀਏ ਉਹਨਾਂ ਦਾ, 1 ਅਗਸਤ 1926 ਨੂੰ ਗਿੱਲ ਚੱਕ ਮਿੰਟਗੁਮਰੀ ਦੇ ਵਿੱਚ ਹੋਇਆ। ਮਿੰਟਗੁਮਰੀ ਉਦੋਂ ਸੀ, ਜ਼ਿਮੀਂਦਾਰ ਪਰਿਵਾਰ ਸੀ, ਗਾਉਣ ਦਾ ਸ਼ੌਕ ਸੌਖਾ ਪਰਿਵਾਰ ਸੀ, ਸੌਖਾ ਪਰਿਵਾਰ ਜਿਹਨੂੰ ਅਸੀਂ ਕਹਿੰਦੇ, ਜ਼ਿਮੀਂਦਾਰ, ਚੰਗੀ ਜ਼ਿਮੀਂਦਾਰੀ ਖੇਤੀਬਾੜੀ ਜਿਹੜੀ ਸੀਗੀ ਬਾਪੂ ਜੀ ਦੀ, ਅਤੇ ਬਾਪੂ ਇਹਨਾਂ ਨੂੰ ਗਾਉਣ ਦਾ ਸ਼ੌਕ ਸੀਗਾ, ਕਵਿਤਾਵਾਂ ਵਗੈਰਾ ਕਿਤੇ ਗਾਉਣੀਆਂ, ਅਤੇ ਬਾਪੂ ਕਹਿੰਦਾ ਸੀ ਕਿਹੜਾ ਕੰਜਰਾਂ ਵਾਲਾ ਕੰਮ ਫੜ ਲਿਆ, ਕੋਈ ਚੱਜ ਦਾ ਕੰਮ ਕਰ ਲੈ। ਉਹ ਕਹਿੰਦਾ ਵੀ ਚੱਜ ਦਾ ਮੈਂ ਕੀ ਕਰਾਂ, ਚੱਜ ਦਾ ਕਹਿੰਦੇ ਤੂੰ ਗਾਉਣਾ ਹੀ ਆ, ਨਹੀਂ ਤਾਂ ਇੱਥੋਂ ਰਹਿ ਹੁੰਦਾ ਤਾਂ ਤੂੰ ਕੀਰਤਨ ਕਰਿਆ ਕਰ ਕੀਰਤਨ। ਇਹ ਫਿਰ ਸਾਊ ਪੁੱਤ ਬਣ ਕੇ ਕੀਰਤਨ ਇਹਨਾਂ ਨੇ ਕੀਤਾ, ਕਾਫੀ ਦੇਰ ਕੀਰਤਨ ਕਰਦੇ ਰਹੇ, ਛੋਟੇ ਹੁੰਦਿਆਂ ਦੀ ਗੱਲ ਹੈ। ਅਤੇ ਉਦੋਂ ਬਾਅਦ ਕਹਿੰਦੇ ਵੀ ਅਲੀਗੜ੍ਹ ਜਿਹੜਾ ਬੰਦਾ ਪੜ੍ਹ ਲੈਂਦਾ ਅਤੇ ਉਹਨੂੰ ਬੜਾ ਵੱਡਾ ਸਮਝਿਆ ਜਾਂਦਾ ਸੀਗਾ, ਅਲੀਗੜ੍ਹ ਦੇ ਵਿੱਚ ਯੂਨੀਵਰਸਿਟੀ ਹੈਗੀ ਆ ਉੱਥੇ। 10ਵੀਂ ਤੋਂ ਬਾਅਦ ਇਹਨਾਂ ਨੇ ਵੀ ਆਪਦੇ ਬਾਪੂ ਨੂੰ ਮਨਾਇਆ ਵੀ ਬਾਪੂ ਜੇ ਤੁਸੀਂ ਮੈਨੂੰ ਕਿਤੇ ਅਲੀਗੜ੍ਹ ਪੜ੍ਹਨ ਲਾ ਦਿਓ, ਅਲੀਗੜ੍ਹ ਦੀ ਯੂਨੀਵਰਸਿਟੀ, ਅਤੇ ਮੈਂ ਉੱਥੋਂ ਪੱਕਾ DC ਬਣ ਕੇ ਨਿਕਲੂੰ, ਪੱਕਾ ਮੈਂ DC ਲੱਗ ਜਾਣਾ। ਪਰ ਅਲੀਗੜ੍ਹ ਯੂਨੀਵਰਸਿਟੀ ਆ ਕੇ ਫਿਰ ਇਹਨਾਂ ਨੇ ਕਵਿਤਾਵਾਂ ਦਾ ਸ਼ੌਕ ਜਾਂ ਵੱਖਰਾ ਰੰਗ ਇਹਨਾਂ ਨੇ ਪੇਸ਼ ਕਰਨਾ ਸ਼ੁਰੂ ਕੀਤਾ। ਸਮਾਂ ਅੱਜ ਥੋੜ੍ਹਾ, ਤੁਹਾਡੀਆਂ ਕਾਲਾਂ ਵੀ ਲੈਣੀਆਂ, ਅਤੇ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਦੇ ਨਾਲ ਨਾਲ ਮੈਂ ਜ਼ਿਕਰ ਕਰੂੰਗਾ ਹਜ਼ਾਰਾ ਸਿੰਘ ਰਮਤਾ, ਹਜ਼ਾਰਾ ਸਿੰਘ ਗਿੱਲ ਫੈਮਿਲੀ ਨੂੰ ਬਿਲੋਂਗ ਕਰਦੇ ਸੀ, ਜੱਟ ਫੈਮਿਲੀ ਨੂੰ, ਅਤੇ ਇਹ ਅਲੀਗੜ੍ਹ ਦੇ ਵਿੱਚ ਫਿਰ ਢਾਹ ਭੰਨ ਕਰਕੇ ਅਤੇ ਉੱਥੇ ਚੱਲ ਗਏ ਸੀ, ਅਤੇ ਉੱਥੇ ਇਹ ਕਹਿੰਦੇ ਵੀ ਮੇਰਾ ਅਲੀਗੜ੍ਹ ਜਿਹੜਾ ਮੈਂ ਉੱਥੋਂ ਪੜ੍ਹਿਆ ਨਹੀਂ, ਉਹ ਮੇਰਾ ਸ਼ਾਇਰੀ ਦਾ ਇਸ਼ਕ, ਜਿਹੜੀ ਜਗ੍ਹਾ ਸ਼ਾਇਰੀ ਦੇ ਇਸ਼ਕ ਵਾਲੀ ਜਗ੍ਹਾ ਅਲੀਗੜ੍ਹ ਹੈਗੀ ਆ, ਉੱਥੋਂ ਇਹਨਾਂ ਦੀ ਸ਼ਾਇਰੀ ਦੀ ਸ਼ੁਰੂਆਤ ਹੋਈ ਆ, ਵੱਖਰੀ ਸ਼ਾਇਰੀ ਸ਼ੁਰੂਆਤ ਹੋਈ ਆ। ਗੱਲ ਕਰੀਏ ਤਾਂ ਇਹਨਾਂ ਨੇ ਰੇਡੀਓ ਤੋਂ ਜੁਗਨੀ ਇੱਕ ਵੱਖਰੀ ਤਰ੍ਹਾਂ ਦੀ ਗਾਈ ਸੀ, ਤਾਂ ਉਦੋਂ ਇਹਨਾਂ ਨੂੰ ਮਸ਼ਹੂਰ ਜਿਹੜੇ ਉਦੋਂ ਹੋਣਾ ਸ਼ੁਰੂ ਹੋਏ ਸੀਗੇ। ਤੁਹਾਡੇ ਨਾਲ ਜਿਹੜਾ ਗੀਤ ਮੈਂ ਸਾਂਝਾ ਕਰ ਰਿਹਾ, ਉਦੋਂ ਬਾਅਦ ਵਾਲੇ ਗੀਤਾਂ ਦੇ ਵਿੱਚੋਂ
ਇਹਨਾਂ ਦਾ ਇੱਕ ਗੀਤ ਆਇਆ ਸੀਗਾ, ਰਮਤੇ ਨੇ ਪੀਣੀ ਛੱਡਤੀ। ਪੀਣੀ ਕਿੱਦਾਂ ਛੱਡੀ ਆ, ਪਰ ਉਹ ਐਂਡ ਤੱਕ ਸੁਣੀਏ ਤਾਂ ਕਵਿਤਾ ਤਾਂ ਹੀ ਪੂਰੀ ਸਮਝ ਆਉਂਦੀ ਆ ਵੀ ਪੀਣੀ ਸ਼ੁਰੂ ਕਿੱਥੋਂ ਕੀਤੀ, ਕਿੱਥੋਂ ਛੱਡੀ ਆ। ਪਰ ਇਹਨਾਂ ਨੇ ਜਿਹੜੀ ਪੀਣੀ ਸ਼ੁਰੂ ਕੀਤੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਲੈਂਦੇ, ਥੋੜ੍ਹੀ ਜਿਹੀ ਕਵਿਤਾ। ਤੁਸੀਂ ਇਹ ਕਵਿਤਾ ਦੇਖੋ, ਉਸ ਤੋਂ ਬਾਅਦ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ ਜੀ। ਸਵਾਗਤ ਪ੍ਰੋਗਰਾਮ ਜ਼ਾਇਨੂ ਜਲਵੇ ਜੱਗੀ ਦੇ, ਤੁਹਾਡੀਆਂ ਕਾਲਾਂ ਵੀ ਲੈਂਦੇ ਨਾਲ ਨਾਲ ਗੱਲ ਚੱਲ ਜੀ ਹਰਜਾਰ ਸਿੰਘ ਰਮਤਾ ਸਾਹਿਬ ਦੀ। ਇਹਨਾਂ ਨੇ ਅਲੀਗੜ੍ਹ ਤੋਂ ਵੈਸੇ BSC ਕਹਿੰਦੇ ਕੀਤੀ ਹੈ, ਔਖੇ ਸੌਖੇ ਕਹਿੰਦੇ ਕੀਤੀ ਆ, ਅਤੇ ਉੱਦਾਂ ਗਿਆਨੀ ਜਿਹੜੀ ਹੈਗੀ ਆ ਉਹ ਅੰਮ੍ਰਿਤਸਰ ਤੋਂ ਇਹਨਾਂ ਨੇ ਕੀਤੀ ਸੀਗੀ, ਅਤੇ ਫੌਜ ਦੇ ਵਿੱਚ ਵੀ ਰਹੇ ਥੋੜ੍ਹੀ ਦੇਰ। ਜਦੋਂ ਫੌਜ ਸੀਗੇ ਤਾਂ ਉਦੋਂ ਇਰਾਨ ਦੇ ਵਿੱਚ ਇਹਨਾਂ ਨੂੰ ਕਾਫੀ ਰਹਿਣ ਦਾ ਮੌਕਾ ਮਿਲਿਆ, ਬੜੀਆਂ ਇੰਟਰਸਟਿੰਗ ਇਹਨਾਂ ਦੀਆਂ ਗੱਲਾਂ ਹੈਗੀਆਂ, ਨਾਲ ਕੋਸ਼ਿਸ਼ ਕਰਾਂਗੇ ਨਾਲ ਤੁਹਾਡੀਆਂ ਕਾਲਾਂ ਲੈਂਦੇ ਹਾਂ। ਅਤੇ ਤੁਸੀਂ ਵੀ ਕੋਈ ਸੁਣਨਾ ਸੁਣਾਉਣਾ ਚਾਹੁੰਦੇ ਹੋ, ਅੱਜ ਦਾ ਦਿਨ ਰਾਖਵਾਂ ਹੁੰਦਾ, ਕੋਈ ਵੀ ਗੱਲਬਾਤ ਤੁਹਾਡੇ ਦਿਲ ਦੇ ਵਿੱਚ ਹੈਗੀ ਆ, ਕੋਈ ਵਲਵਲਾ ਤੁਹਾਡੇ ਦਿਲ ਦੇ ਵਿੱਚ ਹੈਗਾ, ਕੋਈ ਕਲਾ ਤੁਹਾਡੇ ਅੰਦਰ ਛੁਪੀ ਹੈ, ਤਾਂ ਪੂਰੀ ਦੁਨੀਆ ਦੇ ਨਾਲ ਆਪਾਂ ਅੱਜ ਸਾਂਝੀ ਕਰ ਸਕਦੇ ਹੁੰਦੇ ਹਾਂ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, TV ਦੀ ਆਵਾਜ਼ ਘੱਟ ਕਰੋ ਭਾਜੀ। ਹੈਲੋ ਹੈਲੋ, ਮੈਨੂੰ ਕਾਲ ਕੱਟਣੀ ਪੈ ਗਈ ਭਾਜੀ ਤੁਹਾਡੀ, ਤੁਹਾਡਾ ਧਿਆਨ TV ਵੱਲ ਹੈ। ਹਾਂਜੀ, TV ਬੰਦ ਕਰਤਾ ਜੀ। ਹਾਂ, ਤੇ ਤੁਸੀਂ ਧਿਆਨ ਮੇਰੇ ਫੋਨ ਵੱਲ ਰੱਖਣਾ ਤਾਂ ਗੱਲ ਬਣਨੀ ਹੈ, ਨਹੀਂ ਤਾਂ ਫਿਰ ਗੱਲ ਬਣਨੀ ਨਹੀਂ। ਬਿਲਕੁਲ ਗੱਲ ਨਾਲ। ਹਾਂਜੀ, ਅੱਛਾ ਮਾਂਗੜ ਸਾਹਿਬ। ਹਾਂਜੀ ਜੀ, ਰੁਪਿੰਦਰ ਮਾਂਗੜ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਚੜ੍ਹਦੀ ਕਲਾ ਜਸ ਪੰਜਾਬੀ TV ਦੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਅੱਜ ਆਪਾਂ ਸ਼ੂਟਿੰਗ 'ਤੇ ਇਕੱਠੇ ਹੋਏ ਸੀਗੇ, ਅਤੇ ਅੱਜ ਤੁਹਾਡੀ ਇਨਫੋਰਮੇਸ਼ਨ ਜਿਹੜੀ ਮੈਂ ਜ਼ਰੂਰ ਕਵਾਂ ਚਾਹਾਂਗਾ ਇਸ ਤੋਂ ਪਹਿਲਾਂ ਕਿ ਤੁਸੀਂ ਕੁਝ ਸੁਣਾਓ, ਅਤੇ ਗੱਲ ਅੱਜ ਚੱਲਦੀ ਹਰਜਾਰਾ ਸਿੰਘ ਰਮਤਾ ਦੀ, ਅਤੇ ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਗੀਤ ਸੁਣਾ ਸਕਦੇ, ਪਰ ਉਸ ਤੋਂ ਪਹਿਲਾਂ ਸਤਿੰਦਰ ਸਰਤਾਜ ਦਾ ਜਿਹੜਾ ਸ਼ੋਅ ਹੈ ਤੁਹਾਡਾ ਆਪਣਾ ਵਿਰਸਾ ਵਾਲਾ, ਅਤੇ ਆਪਣੇ ਹਰਸਿਮਰਨ ਭਾਜੀ ਹੁਣੀ ਸਾਰੇ ਅਤੇ ਵਿਕਰਮ ਗਿੱਲ ਹੁਣੀ ਸਾਰੇ ਜਿਹੜਾ ਤੁਸੀਂ ਕਰਾ ਰਹੇ ਹੋ, ਉਹਦੇ ਬਾਰੇ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਪਹਿਲਾਂ। ਬਿਲਕੁਲ ਜੀ, ਮੇਰੇ ਨਾਲ ਇੱਕ ਹੋਰ ਵੀਰ ਆਪਣੇ ਲਖਵੀਰ ਸਿੰਘ ਹੇਰ, ਉਹ ਵੀ ਮੇਰੇ ਨਾਲ ਇੱਥੇ ਮੌਜੂਦ ਨੇ, ਤੇ ਸਾਡੇ ਮੰਨਾ ਬੜਿੰਗ ਵੀਰ ਜੀ ਨੇ ਇਸ ਐਪੀਸੋਡ ਮੈਂ ਕਹਿੰਦਾ ਜੀ ਲਖਵੀਰ ਸਿੰਘ ਹੇਰ ਔਨ ਦੀ ਏਅਰ ਕਰ ਦਿੰਦੇ ਹੁੰਦੇ ਆਪਾਂ, ਕੋਈ ਨਹੀਂ। ਵਾਹ ਕੀ ਬਾਤ ਹੈ ਜੀ। ਸੋ ਆਪਣਾ ਵਿਰਸਾ ਐਸੋਸੀਏਸ਼ਨ ਦੇ ਵੱਲੋਂ ਅਸੀਂ ਲੈ ਕੇ ਆ ਰਹੇ ਹਾਂ ਜੀ, 17 ਅਗਸਤ ਦੀ ਸ਼ਾਮ ਨੂੰ ਸਟਾਕਟਨ ਦੇ ਵਿੱਚ ਬਾਬ ਹੋਪ ਥੀਏਟਰ ਹੈ, ਬਹੁਤ ਹੀ ਸ਼ਾਨਦਾਰ ਥੀਏਟਰ ਹੈ ਜੀ, ਉੱਥੇ ਸਤਿੰਦਰ ਸਰਤਾਜ ਦਾ ਬਹੁਤ ਹੀ ਵਧੀਆ ਸ਼ੋਅ ਜੀ, ਤੇ ਸਾਡੇ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਇਸ ਨੂੰ ਪੂਰਾ ਇੱਕ ਦਰਜੇ ਦਾ ਪਰਿਵਾਰਕ ਸ਼ੋਅ ਤੇ ਇੱਕ ਇਤਿਹਾਸਿਕ ਸ਼ੋਅ ਅਸੀਂ ਸਾਰਿਆਂ ਨੇ ਬਣਾਉਣਾ ਹੈ ਜੀ, ਤੇ ਉਸ ਦੇ ਵਿੱਚ ਸਾਨੂੰ ਤੁਹਾਨੂੰ ਸਾਰੇ ਆਪਣੇ ਸਰੋਤਿਆਂ ਨੂੰ ਜਿਹੜੇ ਵੀ ਸਾਡੇ ਏਰੀਏ ਦੇ ਸਟਾਕਟਨ ਮੈਂਟੀਕਾ ਮਡੈਸਟੋ ਵਗੈਰਾ ਦੇ ਨੇ, ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ ਇਸ ਸ਼ੋਅ ਦੇ ਉੱਤੇ ਪਹੁੰਚੋ, ਤੇ ਤੁਸੀਂ ਟਿਕਟਾਂ ਦੇ ਲਈ ਵੀ ਕਾਲ ਕਰ ਸਕਦੇ ਹੋ ਸਾਨੂੰ 5103712571 ਤੇ। ਅੱਛਾ ਮਾਂਗੜ ਸਾਹਿਬ, ਹਾਂਜੀ ਥੀਏਟਰ ਬਹੁਤ ਵਧੀਆ, ਮੈਂ ਦੇਖੇ ਉੱਥੇ ਸ਼ੋਅ ਬੌਬ ਹੋਪ ਥੀਏਟਰ ਜਿਹੜਾ, ਤੇ ਬਾਕੀ ਟਿਕਟਾਂ ਦਾ ਕੀ ਪੋਜੀਸ਼ਨ ਹੈ? ਤੁਸੀਂ ਦੁਪਹਿਰੇ ਦੱਸ ਰਹੇ ਸੀ ਵੀ ਕਾਫੀ ਨਿਕਲੀਆਂ ਨੇ ਜ਼ੋਰੋਂ ਚੋਰੋਂ। ਹਾਂਜੀ, ਟਿਕਟਾਂ ਦਾ ਜੀ ਅਸੀਂ ਕਨਸੈਪਟ ਥੋੜ੍ਹਾ ਜਿਹਾ ਡਿਫਰੈਂਟ ਰੱਖਿਆ ਹੈ, ਅਸੀਂ ਇਸ ਐਸੋਸੀਏਸ਼ਨ ਦੇ ਵਿੱਚ ਕੋਈ ਪ੍ਰਮੋਟਰ ਨਹੀਂ ਹੈਗੇ ਜੀ, ਇਹ ਅਸੀਂ ਫੈਮਿਲੀ ਮੈਂਬਰਸ ਹੋਰ ਫੈਮਿਲੀ ਮੈਂਬਰਸ ਦੇ ਲਈ ਇੱਕ ਬਹੁਤ ਹੀ ਬਿਹਤਰੀਨ ਸ਼ੋਅ ਲੈ ਕੇ ਆ ਰਹੇ ਹਾਂ। ਸਾਡਾ ਪਹਿਲਾ ਕੁਐਸਚਨ ਇਹ ਹੁੰਦਾ ਹੈ ਕਿਸੇ ਨੂੰ ਵੀ ਅਸੀਂ ਕਾਲ ਕੀਤੀ ਹੈ ਆਪਣੇ ਵੱਲੋਂ ਵੀ ਜਾਂ ਕਿਸੇ ਦੀ ਕਾਲ ਆਈ ਹੈ ਜੀ, ਤੁਸੀਂ 17 ਅਗਸਤ ਦੀ ਸ਼ਾਮ ਨੂੰ ਕੀ ਕਰ ਰਹੇ ਹੋ? ਜੇ ਉਹ ਵਿਹਲੇ ਨੇ ਤੇ ਫਿਰ ਉਹਨਾਂ ਨੂੰ ਪੁੱਛੀਦਾ ਕਿ ਅਸੀਂ ਸ਼ੋਅ ਲੈ ਕੇ ਆ ਰਹੇ ਹਾਂ, ਤੇ ਸ਼ੋਅ ਦੇ ਵਿੱਚ ਤੁਸੀਂ ਜ਼ਰੂਰ ਪਾਇਓ। ਤੇ ਟਿਕਟਾਂ ਆਪਣੀਆਂ 80% ਦੇ ਤਕਰੀਬਨ ਟਿਕਟਾਂ ਵਿਕ ਚੁੱਕੀਆਂ ਨੇ, ਅਸੀਂ ਲੋਅਰ ਸੈਕਸ਼ਨ ਹੀ ਸਿਰਫ ਓਪਨ ਕੀਤਾ ਹੈ ਜਿਸ ਦੇ ਵਿੱਚ ਕਿ ਤਕਰੀਬਨ 1000 ਦੇ ਨੇੜੇ ਟਿਕਟਾਂ ਨੇ। ਅੱਛਾ, ਤੇ ਬਹੁਤ ਹੀ ਵਧੀਆ ਤਰੀਕੇ ਦਾ ਰਿਸਪੋਂਸ ਮਿਲਿਆ ਹੈ ਸਾਨੂੰ, ਬਹੁਤ ਆਡੀਅੰਸ ਹੈ ਜਿਹੜੀ ਵੈਰੀ ਈਗਰ ਟੂ ਕਮ ਐਂਡ ਇੰਜੋਏ ਦ ਸ਼ੋਅ ਜੀ। ਜੀ ਜੀ, ਠੀਕ ਹੈ। ਟਿਕਟਸ ਲਈ ਤੁਸੀਂ ਅਗੇਨ ਤੁਹਾਨੂੰ ਦੱਸਿਆ ਕਿ ਕਾਲ ਕਰ ਸਕਦੇ ਹੋ ਤੇ satinder.sartaj.com ਤੇ ਜਾ ਕੇ ਤੁਸੀਂ ਆਨਲਾਈਨ ਸ਼ੋਅ ਨੂੰ ਕਲਿੱਕ ਕਰ ਸਕਦੇ ਹੋ, ਫਿਰ ਉੱਥੇ ਸਟਾਕਟਨ ਵਾਲੇ ਸ਼ੋਅ ਦੇ ਥੱਲੇ ਲਿੰਕ ਆ ਜਾਂਦਾ ਹੈ ਟਿਕਟਾਂ ਦਾ, ਤੁਸੀਂ ਉੱਥੋਂ ਟਿਕਟ ਵੀ ਬਾਏ ਕਰ ਸਕਦੇ ਹੋ, ਕੋਈ ਫੀਸ ਨਹੀਂ ਹੈਗੀ ਆਨਲਾਈਨ ਤੇ ਵੀ ਟਿਕਟ ਲੈਣ ਦੀ। ਤੇ ਦੇਖੋ ਜੀ, ਹੁਣ ਤੁਸੀਂ ਜਾਣਕਾਰੀ ਦਿੱਤੀ ਹੈ, ਤੇ ਸਤਿੰਦਰ ਸਰਤਾਜ ਦਾ ਕੋਈ ਗਾਣਾ ਸੁਣਾਉਣਾ ਪੈਣਾ ਜ਼ਰੂਰ। ਤੁਸੀਂ ਗਾ ਵੀ ਵਧੀਆ ਲੈਂਦੇ ਹੋ, ਸਟੇਜ ਹੋਸਟ ਵੀ ਵਧੀਆ ਕਰਦੇ ਹੋ, ਤੁਸੀਂ ਸਾਰੇ ਕੰਮ ਮਲਟੀਪਰਪਜ, ਇੱਕ 5 ਸਿਮਾਂ ਵਾਲਾ ਮੋਬਾਈਲ ਹੋ ਤੁਸੀਂ ਭਾਈ ਜੀ। ਥੈਂਕ ਯੂ, ਪਰ ਕਈ ਵਾਰੀ ਤੁਹਾਡੇ ਵਰਗੇ ਪੰਕਾਰ ਦੇ ਅੱਗੇ ਨਾ ਜਿੱਦਾਂ ਕਿ ਕਹਿੰਦੇ ਆ ਥੋੜੇ ਜਿਹੇ ਬੋਲ ਫਿੱਕੇ ਪੈ ਜਾਂਦੇ ਨੇ, ਤੇ ਹੁਣ ਤੁਸੀਂ ਸਾਡੇ ਏਰੀਆ ਦੇ ਵਿੱਚ ਆ ਚੁੱਕੇ ਹੋ ਵਾਪਸ ਸੈਕਰਾਮੈਂਟੋ ਦੇ ਵਿੱਚ, ਪਹਿਲਾਂ ਤੁਹਾਨੂੰ ਦੂਰੋਂ ਦੇਖਦੇ ਹੋਏ ਸਾਡੇ ਬੋਲਾਂ ਦੇ ਵਿੱਚ ਅਸੀਂ ਜ਼ੋਰ ਲਾਉਂਦੇ ਸੀ, ਤੇ ਹੁਣ ਤੁਸੀਂ ਨੇੜੇ ਹੋ, ਸ਼ਾਇਦ ਹੋਰ ਠੀਕ ਹੋ ਜਾਣ। ਤੇ ਲਓ ਜੀ, ਸਾਰੇ ਸਰੋਤਿਆਂ ਦੇ ਲਈ 4 ਲਾਈਨਾਂ, ਤੇ ਬਾਕੀ ਸਾਰੇ ਸਰੋਤੇ ਉੱਥੇ ਆ ਕੇ ਵੀ ਸੁਣਨਗੇ ਸਤਿੰਦਰ ਸਰਤਾਜ ਜੀ ਨੂੰ ਜੀ।
ਉਹ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ। ਉਹ ਚਾਰ ਹੀ ਤਰੀਕੇ ਆ ਨਾ ਕਰੇ ਬੰਦਾ ਕੰਮ ਸਦਾ, ਸ਼ੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ। ਜੀ ਥੈਂਕ ਯੂ। ਵਾਹ ਜੀ ਵਾਹ, ਬਹੁਤ ਵਧੀਆ ਬਹੁਤ ਵਧੀਆ। ਅਤੇ ਆਲ ਦਾ ਬੈਸਟ ਸ਼ੋਅ ਵਾਸਤੇ, ਮਿਲਦੇ ਹਾਂ ਸ਼ੋਅ 'ਤੇ, ਤੁਹਾਨੂੰ ਜ਼ਰੂਰ ਦਰਸ਼ਨ ਮਿਲੇ ਕਰਦੇ ਹਾਂ ਸਟੋਕਟਨ ਦੇ ਵਿੱਚ। ਠੀਕ ਹੈ ਵੀਰ ਜੀ, ਮਿਲਦੇ ਆਪਾਂ ਅੱਗਾ 17 ਦੀ ਸ਼ਾਮ ਸਟੋਕਟਨ ਦੇ ਵਿੱਚ ਸ਼ਨੀਵਾਰ। ਫਿਰ ਇੱਕ ਵਾਰੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਟਿਕਟਾਂ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 5103712571। ਥੈਂਕ ਯੂ। ਓਕੇ ਜੀ, ਮਿਹਰਬਾਨੀ ਬਹੁਤ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜਗਤਾਰ ਵੀਰ। ਓ ਬੱਲੇ ਬੱਲੇ ਬੱਲੇ, ਧੰਨ ਭਾਗ ਸੁਰਿੰਦਰ ਸਿੰਘ ਜੀ, ਦੂਰ ਦੇ ਗਵਾਂਢੀ ਹੋ ਗਏ ਤੁਸੀਂ ਵੀ। ਦੂਰ ਦੇ ਗਵਾਂਢੀ ਆ, ਟਾਈਮ ਦਾ ਇੱਕ ਤਾਂ ਫਰਕ ਪੈ ਗਿਆ ਤੇ ਦੂਜਾ ਅਸੀਂ ਗਏ ਸੀ ਕੈਨੇਡਾ। ਅੱਛਾ ਜੀ, ਕਿਹੜੀ ਜਗ੍ਹਾ ਜਾ ਰਹੇ ਕੈਨੇਡਾ? ਸਰੀ ਗਏ ਸੀ ਜੀ, ਵੈਨਕੂਵਰ ਸਰੀ। ਅੱਛਾ, ਹਾਂਜੀ, ਉਹ ਤਾਂ ਪੰਜਾਬ ਹੀ ਬਣਿਆ ਪਿਆ ਜੀ ਆਪਣਾ ਪੂਰੇ ਦਾ ਪੂਰਾ। ਉੱਥੇ ਤਾਂ ਸਰੀ ਦੇ ਵਿੱਚ ਤੇ ਆਪਾਂ ਦੇਖੀਏ ਜਾਂ ਇੰਗਲੈਂਡ ਸਾਊਥ ਹਾਲ ਦੀ ਗੱਲ ਕਰੀਏ ਤੇ ਉੱਥੇ ਸਾਡੇ ਸਾਈਨ ਜਿਹੜੇ ਨੇ ਰੇਲਵੇ ਸਟੇਸ਼ਨਾਂ ਵਗੈਰਾ ਦੇ ਪੰਜਾਬੀ ਦੇ ਵਿੱਚ ਨੇ, ਜੀ ਆਇਆਂ ਨੂੰ ਲਿਖਿਆ ਬੜਾ ਵਧੀਆ ਵਧੀਆ। ਸੈਨ ਛੱਡੋ ਤੁਸੀਂ, ਉੱਥੇ ਕੋਈ ਦੂਆ ਬੰਦਾ ਤਾਂ ਦਿਸਦਾ ਹੀ ਨਹੀਂ, ਪੰਜਾਬੀ ਪੰਜਾਬੀ ਆ ਸਰੀ। ਅੱਛਾ, ਉੱਥੇ ਜੇ ਕੋਈ ਜੇ ਕੋਈ ਗੋਰਾ ਦਿਸ ਪੈਂਦਾ ਹੋਣਾ, ਐਂ ਲੱਗਦਾ ਹੁੰਦਾ ਵੀ ਇਹਨੂੰ ਇਹ ਵੀਜ਼ਾ ਲੈ ਕੇ ਆਇਆ ਹੋਣਾ, ਜਾਂ ਕੋਈ ਪੇਪਰ ਉੱਪਰ ਨਹੀਂ ਹੋਣੇ ਤੁਰਿਆ ਫਿਰਦਾ ਜਿਹੜਾ ਇਕੱਲਾ ਇੱਥੇ। ਉਦੇ ਬਾਹਰ ਕੱਪੜੇ ਸੁੱਕਣੇ ਪਾਏ, ਉਦੇ ਉੱਪਰ ਠਾ ਹੁੰਦੀ ਰਾਤ ਨੂੰ, ਪਰਾਂਡਿਆਂ ਦੇ ਪਿੱਛੇ ਬਾਦਰੇ ਕੱਢੇ ਆ, ਕੋਈ ਨੀ ਪੁੱਛਦਾ, ਨਾ ਕੋਈ ਫੈਨਸਾਂ ਘਰਾਂ 'ਚ, ਖੁੱਲ੍ਹਾ ਕੰਮ ਆ। ਵਾਹ, ਚਲੋ ਚੰਗੀ ਗੱਲ ਹੈ। ਅਤੇ ਕੀ ਅੱਜ ਸਾਡੇ ਦਰਸ਼ਕਾਂ ਨੂੰ ਸੁਣਾਓਗੇ? ਵੈਸੇ ਹਜ਼ਾਰਾ ਸਿੰਘ ਰਮਤਾ ਦੀ ਮੈਂ ਗੱਲ ਕੀਤੀ ਹੈ, ਬੜਾ ਵਧੀਆ ਉਹਨਾਂ ਦਾ ਰੰਗ ਜਿਹੜਾ ਹੈਗਾ ਹੁੰਦਾ ਹੈ, ਅਤੇ ਤੁਸੀਂ ਕੀ ਜੋ ਬਹੁਤ ਵਧੀਆ ਜੀ ਉਹਨਾਂ ਦਾ, ਮੈਂ ਟੀ ਸੁਣਦਾ ਰਿਹਾ। ਮੈਂ ਨਾ ਉੱਥੇ ਸਾਡੇ ਰਿਸ਼ਤੇਦਾਰਾਂ ਦੇ ਘਰ 'ਚ ਜਿੱਦਾਂ ਬੱਚੇ ਰਹਿੰਦੇ ਜਿਹੜੇ ਪੜ੍ਹਨ ਆਏ, ਉਹ ਬੜੀ ਦਰਦ ਕਹਾਣੀ, 8-8, 9-9 ਬੱਚੇ ਇੱਕ ਦੋਨੋਂ ਕਮਰਿਆਂ 'ਚ ਰਹਿੰਦੇ ਆ। ਅੱਛਾ, ਤੇ ਉਹਦੇ ਬਾਰੇ ਇੱਕ ਮੰਗਲ ਠੂਰ ਦਾ ਛੋਟਾ ਜਿਹਾ ਲਿਖਿਆ ਗਾਣਾ, ਵੀ ਜੇ ਸਾਡੇ ਹੁੰਦਾ ਤਾਂ ਕਾਹਨੂੰ ਸਾਨੂੰ ਇੱਥੇ ਰੋਲਣਾ ਪੈਂਦਾ ਆ ਕੇ। ਵਾਹ ਜੀ ਵਾਹ, ਜ਼ਰੂਰ ਜੀ। ਮਹਿੰਗੀ ਮਹਿੰਗੀ ਬੜੀ ਪੜ੍ਹਾਈ ਸਾਡੀ, ਹੈ ਨਹੀਂ ਕੋਈ ਕਮਾਈ ਸਾਡੀ ਜੀ, ਪਤਾ ਨਾ ਲੱਗਦਾ ਕਿੱਦਾਂ ਧੋਈਏ ਟੰਗੀਆਂ ਵਾਲੇ ਖੇਸ ਨੂੰ, ਜੇ ਮਿਲ ਜਾਏ ਨੌਕਰੀ ਕਿਉਂ ਜਾਈਏ ਪਰਦੇਸ ਨੂੰ ਜੀ, ਪਤਾ ਹੁੰਦਾ ਦਿਨ ਐਸੇ ਆਉਣੇ, ਗੋਰੇ ਨਾ ਸੀ ਕਦੇ ਭਜਾਉਣੇ, ਕਦੀ ਵੀ ਨਾ ਸੀ ਛੱਡਣਾ ਪੈਣਾ ਆਪਣੇ ਸੋਹਣੇ ਦੇਸ਼ ਨੂੰ, ਜੇ ਮਿਲ ਜਾਏ ਨੌਕਰੀ ਕਿਉਂ ਜਾਈਏ ਪਰਦੇਸ ਨੂੰ, ਜਾਵੇ ਚੜੀ ਜਹਾਜ਼ ਜਵਾਨੀ, ਭਰਦੀ ਫਿਰੇ ਵਿਆਜ ਜਵਾਨੀ, ਇੱਕੋ ਇੱਕ ਪੁੱਟ ਗਿਆ ਭੁੱਲ ਕੇ ਬਾਰ ਬਰੇਸ ਨੂੰ, ਜੇ ਮਿਲ ਜਾਏ ਨੌਕਰੀ ਕਿਉਂ ਜਾਈਏ ਪਰਦੇਸ ਨੂੰ, ਘਰੇ ਨਾ ਚੁੱਕੇ ਪਾਣੀ ਪੀਤਾ, ਘਰੇ ਨਾ ਚੁੱਕੇ ਪਾਣੀ ਪੀਤਾ, ਹੁਣ ਸ਼ਿਫਟਾਂ ਨੇ ਕਮਲੇ ਕੀਤਾ, ਪਾ ਕੇ ਵਰਦੀਆਂ ਭੁੱਲ ਕੇ ਬੈਠੇ ਠੇਠ ਪੰਜਾਬੀ ਭੇਸ ਨੂੰ, ਜੇ ਮਿਲ ਜਾਏ ਨੌਕਰੀ ਕਿਉਂ ਜਾਈਏ ਪਰਦੇਸ ਨੂੰ, ਦੇਸ਼ ਮੇਰਾ ਸਰਕਾਰਾਂ ਖਾਧਾ, ਦੇਸ਼ ਮੇਰਾ ਸਰਕਾਰਾਂ ਖਾਧਾ, ਕਾਲੇ ਧਨ ਦੀਆਂ ਮਾਰਾਂ ਖਾਧਾ, ਮੰਗਲਾ ਕੌਣ ਮਕਾਊ ਰਿਸ਼ਵਤ ਖੋਰੀ ਕਲੇਸ਼ ਨੂੰ, ਜੇ ਮਿਲ ਜਾਏ ਨੌਕਰੀ ਕਿਉਂ ਜਾਈਏ ਪਰਦੇਸ ਨੂੰ, ਜੇ ਮਿਲ ਜਾਏ ਕੰਮ ਪੰਜਾਬ ਤਾਂ ਕਿਉਂ ਜਾਈਏ ਪਰਦੇਸ, ਕਿਉਂ ਜਾਈਏ ਪਰਦੇਸ ਨੂੰ। ਬਹੁਤ ਵਧੀਆ ਜੀ ਗੱਲਾਂ, ਮੰਗਲ ਹਟੂਰ ਸਾਹਿਬ, ਵਧੀਆ ਰਾਈਟਰ। ਹਾਂਜੀ ਹਾਂਜੀ, ਚਲੋ ਸੁਰਿੰਦਰ ਸਿੰਘ ਜੀ, ਘੁੰਮਦੇ ਫਿਰਦੇ, ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਗੱਲਾਂ ਬਾਤਾਂ ਚੱਲ ਰਹੀਆਂ ਨੇ, ਪਰ ਨਾਲ ਨਾਲ ਬ੍ਰੇਕ ਦਾ ਸਮਾਂ ਹੋ ਗਿਆ, ਤਾਂ ਸਾਡੇ ਦਰਸ਼ਕਾਂ ਨੂੰ ਜਿਹੜੇ ਘਰਾਂ ਵਿੱਚ ਬੈਠੇ ਨੇ ਦੱਸ ਦਈਏ ਕਿ ਬਿਕਰ ਬਾਦਸ਼ਾਹ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਇਸ ਸੰਡੇ ਤੋਂ। ਪੈਸੀਫਿਕ ਟਾਈਮ ਦੀ ਗੱਲ ਕਰੀਏ, ਆਪਣੇ ਟਾਈਮ ਦੀ ਇੱਥੋਂ ਦੀ ਕੈਲੀਫੋਰਨੀਆ ਦੀ, ਤਾਂ ਦੁਪਹਿਰੇ 1 ਵਜੇ ਸ਼ਨੀਵਾਰ ਨੂੰ ਆਉਂਦਾ, ਅਤੇ 2 ਵਜੇ ਦੁਪਹਿਰੇ ਐਤਵਾਰ ਨੂੰ ਰਿਪੀਟ ਉਹਦੀ ਹੁੰਦੀ ਬਿਕਰ ਬਾਦਸ਼ਾਹ ਪ੍ਰੋਗਰਾਮ ਦੀ। ਅਤੇ ਅੱਜ ਵੀ ਸ਼ੂਟ ਕਰਕੇ ਆਏ ਹਾਂ ਇੱਥੇ ਸਟੋਕਟਨ ਦੇ ਵਿੱਚ, ਪ੍ਰੋਗਰਾਮ ਕੀਤੇ ਸ਼ੁਰੂ ਪ੍ਰੀਮੀਅਮ ਟਰੱਕ ਰਿਪੇਅਰ ਅਤੇ ਗਿਲਸਨ ਟਰੱਕਿੰਗ ਵਾਲਿਆਂ ਦੇ, ਅੱਜ ਕਰਕੇ ਆਏ ਬਿਕਰ ਬਾਦਸ਼ਾਹ ਦਾ ਪ੍ਰੋਗਰਾਮ। ਅਤੇ ਕੱਲ੍ਹ ਤੋਂ ਇਹ ਪ੍ਰੋਗਰਾਮ ਅਸੀਂ ਫਰਿਜ਼ਨੋ ਅਤੇ ਇਹਦੇ ਆਲੇ ਦੁਆਲੇ ਏਰੀਏ ਦੇ ਵਿੱਚ ਕਰਨੇ ਹੈਗੇ ਬਿਕਰ ਬਾਦਸ਼ਾਹ ਦੇ। ਸੋ ਤੁਸੀਂ ਜੇ ਕੋਈ ਚਾਹੁੰਦੇ ਹੋ ਉੱਥੇ ਪ੍ਰੋਗਰਾਮ ਆਪਣਾ ਕਰਾਉਣਾ, ਬਿਜਨਸ ਦੀ ਪ੍ਰਮੋਸ਼ਨ ਹੈ ਬੇਸਿਕਲੀ, ਤਾਂ ਇੱਕ ਅਸੀਂ ਨਵਾਂ ਅੱਜ ਸ਼ੂਟ ਸ਼ੁਰੂ ਕੀਤਾ ਟਰੱਕਾਂ ਬਾਰੇ ਪ੍ਰੋਗਰਾਮ, ਉਹ ਸਿਰਫ ਪਾਰਟੀਕੁਲਰ ਟਰੱਕਾਂ ਦੀ ਉਹਦੇ 'ਚ ਗੱਲਬਾਤ ਹੋਏਗੀ, ਟਰੱਕ ਓਨਰ, ਟਰੱਕ ਡਰਾਈਵਰ, ਟਰੱਕ ਕੰਪਨੀਆਂ ਵਾਲੇ, ਉਹ ਟਰੱਕਾਂ ਦੀ ਹੀ ਗੱਲਬਾਤ ਉਸ ਪ੍ਰੋਗਰਾਮ 'ਚ ਹੋਏਗੀ। ਇੱਕ ਅਸੀਂ ਉਹ ਸ਼ੁਰੂ ਕੀਤਾ, ਉਹ ਉੱਥੇ ਸ਼ੂਟ ਕਰਨੇ ਨੇ, ਅਤੇ ਦੂਜਾ ਜਿਹੜਾ ਅਸੀਂ ਬਿਕਰ ਬਾਦਸ਼ਾਹ ਹੈਗਾ ਉਹ ਅਸੀਂ ਬਕਾਇਦਾ ਉੱਥੇ ਸ਼ੂਟ ਕਰਨੇ ਨੇ ਫਰਿਜ਼ਨੋ ਦੇ ਏਰੀਏ ਦੇ ਵਿੱਚ। ਅਤੇ ਤੁਸੀਂ ਅਗਰ ਕੋਈ ਕਰਾਉਣਾ ਚਾਹੁੰਦੇ ਪ੍ਰੋਗਰਾਮ, ਤਾਂ ਮੇਰਾ ਸੈੱਲ ਨੰਬਰ ਨੋਟ ਕਰ ਲਓ, 209-450-7362 'ਤੇ ਗੱਲ ਕਰਕੇ ਕਦੇ ਵੀ ਗੱਲਬਾਤ ਕਰ ਲਓ। ਅਤੇ ਕੱਲ੍ਹ ਤੋਂ ਉੱਧਰ ਦਰਸ਼ਨ ਮੇਲੇ ਹੋਣਗੇ, ਲਾਈਵ ਪ੍ਰੋਗਰਾਮ ਇਸ ਵੇਲੇ ਵਾਲਾ ਵੀ ਉੱਥੋਂ ਹੋਏਗਾ, ਪਰ ਅਸੀਂ ਉਹਦੇ 'ਚ ਉੱਥੇ ਇਹ ਕਰਾਂਗੇ ਪ੍ਰੋਗਰਾਮ ਅਸੀਂ ਜਿੱਥੇ ਮਰਜ਼ੀ ਕਰੀਏ, ਪਰ ਅਸੀਂ ਆਹ ਫੋਨ ਜਿਹੜਾ ਨਾਲ ਲੈ ਜਾਣਾ, ਅਤੇ ਉਹਦੇ ਵਿੱਚ ਤੁਹਾਡੀਆਂ ਕਾਲਾਂ ਜਿਹੜੀਆਂ ਉੱਥੋਂ ਲੈਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ।
ਜੀ ਪ੍ਰੋਗਰਾਮ ਜ਼ਾਇਨੂ ਜਲਵੇ ਜੱਗੀ ਦੇ ਔਰ ਗੱਲਬਾਤ ਚੱਲ ਰਹੀ ਹੈ ਰਮਤਾ ਜੀ ਬਾਰੇ, ਹਜ਼ਾਰਾ ਸਿੰਘ ਰਮਤਾ ਜਿਨ੍ਹਾਂ ਨੂੰ ਰਮਤਾ ਜੋਗੀ ਦੇ ਮਤਲਬ ਉਹਨਾਂ ਨੇ ਜਿਹੜੇ ਗਾਣੇ ਤਕਰੀਬਨ ਹਰ ਗਾਣੇ ਦੇ ਨਾਲ ਹਰ ਰਿਕਾਰਡ ਦੇ ਨਾਲ ਹਰ ਕੈਸਟ ਦੇ ਨਾਲ ਉਹਨੂੰ ਰਮਤਾ ਲਾਇਆ ਹੀ ਲਾਇਆ, ਰਮਤਾ ਦਿੱਲੀ ਵਿੱਚ, ਰਮਤਾ ਕਨੇਡਾ ਵਿੱਚ, ਰਮਤਾ ਲੰਡਨ ਦੀ ਸੈਰ, ਰਮਤੇ ਦਾ ਦੂਜਾ ਵਿਆਹ, ਫਿਰ ਅਖੀਰ ਜਿਹੜਾ ਇੱਕ ਉਹ ਕਰਿਆ ਸੀ ਰਮਤਾ ਰੱਬ ਕੋਲ, ਰੱਬ ਕੋਲ ਵੀ ਪਹੁੰਚ ਗਿਆ ਸੀਗਾ ਰਮਤਾ, ਅਤੇ ਉੱਥੇ ਜਾ ਕੇ ਰੱਬ ਨਾਲ ਕੀ ਗੱਲਾਂ ਹੁੰਦੀਆਂ, ਇਹ ਵੀ ਉਹ ਕਾਫੀ ਉਹਨਾਂ ਦੀ ਫਨੀ ਕਵਿਤਾ ਸੀਗੀ। ਅਤੇ ਬਿਮਾਰ ਹੋ ਗਏ ਸੀਗੇ 1992 'ਚ ਵੀ ਕਾਫੀ ਬਿਮਾਰ ਰਹੇ, ਪਰ ਡੈਥ ਦੀ ਆਪਾਂ ਗੱਲ ਕਰੀਏ ਤਾਂ ਟੋਰਾਂਟੋ ਦੇ ਵਿੱਚ ਸਾਰੇ ਦੋਸਤ ਮਿੱਤਰ ਜਾਣਦੇ ਨੇ ਚੰਗੀ ਤਰ੍ਹਾਂ ਕਿ 6 ਸਤੰਬਰ 2017 ਨੂੰ ਉਹਨਾਂ ਦੀ ਡੈਥ ਹੋਈ ਹੈ ਰੀਸੈਂਟਲੀ, ਹਜੇ ਬਾਹਲੀ ਪੁਰਾਣੀ ਗੱਲ ਨਹੀਂ ਹੈਗੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜਗਤਾਰ ਸਿੰਘ ਜੱਗੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਧੀਰ ਸਾਹਿਬ। ਹਾਂਜੀ ਮੈਂ ਗੁਰਮੇਲ ਸਿੰਘ ਕੀ ਬੋਲਦਾ ਜੀ। ਅੱਜ ਤੁਸੀਂ ਮੇਰੇ ਬੜੇ ਪਿਆਰੇ ਦੋਸਤ ਹਜ਼ਾਰਾ ਸਿੰਘ ਰਮਤਾ ਨੂੰ ਯਾਦ ਕੀਤਾ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਤੇ ਤੁਹਾਡੇ ਕੋਲ ਇੱਥੇ ਰਹਿੰਦੇ ਰਹੇ ਹੋ ਤਾਂ ਫਿਰ ਇੱਥੇ ਟੋਰਾਂਟੋ ਹੀ ਸੀਗੇ? ਹਾਂਜੀ ਅਸੀਂ ਤਾਂ ਜੀ ਇਕੱਠੇ 5 ਸਾਲ ਇਕੱਠੇ ਕੰਮ ਵੀ ਕੀਤਾ। ਵਾਹ ਜੀ ਵਾਹ, ਉਹਨਾਂ ਟੈਕਸੀ ਬਹੁਤ ਦੇਰ ਚਲਾਈ ਨਾ, 20 ਸਾਲ ਟੈਕਸੀ ਚਲਾਈ। ਹਾਂਜੀ 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 ਜੀ। ਤੇ ਇੰਨੇ ਨਿੱਘੇ ਸੁਭਾਅ ਦੇ ਸੀ, ਇੰਨਾ ਨਿਮਰਤਾ ਵਾਲਾ ਸੁਭਾਅ। ਮੈਂ ਉਹਨਾਂ ਨੂੰ ਕਿਹਾ ਰਮਤਾ ਜੀ ਤੁਹਾਡੇ ਵਿੱਚ ਉਹ ਮਤਲਬ ਜਿਹੜੇ ਕੋਈ ਮਿਊਜ਼ਿਕ ਮਤਲਬ ਤੁਸੀਂ ਸੰਗੀਤਕਾਰ ਇੰਨੇ ਪੰਜਾਬ ਇੰਡੀਆ ਵਿੱਚ ਤੇ ਪਾਕਿਸਤਾਨ ਦੋਨਾਂ ਮੁਲਕਾਂ ਦੇ ਵਿੱਚ ਜ਼ਿਆਦਾ ਮਸ਼ਹੂਰ ਹੋ, ਪਾਕਿਸਤਾਨ ਦੇ ਵਿੱਚ ਬੜੇ ਮਸ਼ਹੂਰ ਸੀ ਇਹ। ਹਾਂਜੀ ਹਾਂਜੀ। ਤੇ ਤੁਹਾਡੇ ਵਿੱਚ ਕੋਈ ਹੰਕਾਰ ਵਾਲੀ ਗੱਲ ਨਹੀਂ। ਉਹ ਕਹਿੰਦੇ ਧੀਰ ਜੀ, ਮੈਨੂੰ ਧੀਰ ਜੀ ਕਹਿ ਕੇ ਬੁਲਾਉਂਦੇ, ਧੀਰ ਜੀ ਕਾਹਦਾ ਹੰਕਾਰ? ਕਹਿੰਦਾ ਜਿਹੜਾ ਮਿਊਜ਼ਿਕ ਆ ਸੰਗੀਤ ਆ, ਕਿਉਂਕਿ ਮੈਂ ਮਿਊਜ਼ਿਕ ਵਾਲੇ ਬੰਦਿਆਂ ਦੀ ਮੈਂ ਆਪ ਵੀ ਸਕੂਲ 'ਚ ਗਾਉਂਦਾ ਰਿਹਾ, ਮੈਂ ਬਹੁਤ ਕਦਰ ਕਰਦਾ ਕਿ ਸੰਗੀਤ ਆ ਜਿਹੜਾ ਨਾ ਇਹ ਆਵਾਜ਼ ਪਰਮਾਤਮਾ ਦੀ ਦੇਣ ਹੁੰਦੀ ਆ। ਜੀ ਬਿਲਕੁਲ ਬਿਲਕੁਲ। ਹਾਂਜੀ ਤੇ ਉਹਨਾਂ ਦਾ ਜਿਹੜਾ ਇਹ ਜਨਮ ਹੋਇਆ ਸੀ ਮਿੰਟ ਗੁੰਗਰੀ, ਇਹ ਸ਼ਹਿਰ ਦਾ ਨਾ ਪਹਿਲਾਂ ਸਾਈਂਵਾਲ ਹੁੰਦਾ ਸੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ, ਔਰ ਅੰਗਰੇਜ਼ਾਂ ਤੋਂ ਜਾਣ ਤੋਂ ਬਾਅਦ ਪਾਕਿਸਤਾਨ ਵਾਲਿਆਂ ਨੇ ਇਹਦਾ ਨਾਮ ਸ਼ਹਿਰ ਦਾ ਬਦਲ ਕੇ ਫਿਰ ਉਹੀ ਸਾਈਂਵਾਲ ਰੱਖਿਆ। ਅੱਛਾ, ਮੈਂ ਇਹਨਾਂ ਨੂੰ ਇੱਕ ਵਾਰ ਮਿਲਿਆ ਸੀਗਾ ਆਪਣਾ ਧੀਰ ਸਾਹਿਬ, ਮੈਂ ਵੀ ਇੱਥੇ ਟੋਰਾਂਟੋ ਹੀ ਮਿਲੇ ਸੀ, ਪ੍ਰੋਗਰਾਮ ਕਰਨ ਆਏ ਸੀ ਉਦੋਂ ਭਗਵੰਤ ਮਾਨ ਉਹਨਾਂ ਦੇ ਨਾਲ, ਤੇ ਹੋਟਲ ਦੇ ਵਿੱਚ ਇਕਬਾਲ ਮਾਲ ਸਾਹਿਬ ਨਾਲ ਕਾਫੀ ਇਹਨਾਂ ਦੀ ਨੇੜਤਾ ਇੱਥੇ ਹੈਗੀ ਤੁਹਾਡੇ? ਬਹੁਤ ਨੇੜਤਾ ਸੀ ਜੀ, ਅਖਬਾਰ ਇਹਨਾਂ ਨੇ ਆਪਣੇ LP ਆਪਣੇ ਰਿਕਾਰਡ ਵੀ ਕਰਵਾਏ ਨੇ ਮੇਰੇ ਕੋਲ ਰਮਤਾ ਕੈਨੇਡਾ ਵਿੱਚ, ਤੇ ਇਹ ਜਦੋਂ ਰਿਕਾਰਡ ਇਹਨਾਂ ਨੇ ਕਰਵਾਇਆ ਤੇ ਸਭ ਤੋਂ ਪਹਿਲਾਂ ਲਿਆ ਕੇ ਆਪਣੀ ਗੱਡੀ ਦੇ ਵਿੱਚੋਂ ਕੱਢ ਕੇ ਰਿਕਾਰਡ ਲਾਓ ਧੀ ਜੀ, ਨਵਾਂ ਰਿਕਾਰਡ ਮੈਂ ਐਲਬਮ ਤਿਆਰ ਕੀਤਾ ਤੁਹਾਨੂੰ। ਮੈਂ ਕਿਹਾ ਰਮਤਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਕਿਹਾ ਕਿੰਨੇ ਪੈਸੇ ਲੈ ਪੈਸੇ ਕਹਿ, ਤੁਸੀਂ ਕੀ ਗੱਲਾਂ ਕਰਦੇ ਹੋ, ਆਪਣੀ ਖਾਣੀ ਪੀਣੀ ਬੈਠਣੀ ਇਕੱਠੀ, ਤੇ ਇਹ ਇਹਨਾਂ ਇਹ ਦੱਸੇ ਸੀ ਗੱਲਾਂ ਕਰਨੀਆਂ ਵੀ ਅਸੀਂ ਤਿੰਨੀ ਕੰਪਨੀ ਪਾਕਿਸਤਾਨ ਤੋਂ ਇੰਡੀਆ ਆਏ ਸੀ ਜੀ। ਫਿਰ ਇਹਨਾਂ ਦਾ ਕੁਦਰਤੀ ਦੇਖੋ ਪਿੰਡ ਵੀ ਜਿਹੜਾ ਮੇਰੇ ਪਿੰਡ ਦੇ ਕੋਲ ਹੀ ਇਹ ਲੁਧਿਆਣੇ ਦੇ ਕੋਲ ਜਮਾਲਪੁਰ ਜਮਾਲਪੁਰ ਫਿਰ ਇਹਨਾਂ ਨੂੰ ਜ਼ਮੀਨ ਅਲਾਟ ਹੋਈ ਸੀ 1947 ਦੇ ਵਿੱਚ? ਹਾਂਜੀ ਹਾਂਜੀ, ਜਮਾਲਪੁਰ ਉਹ ਪਿੰਡ ਆ ਜਿੱਥੋਂ ਦੇ ਹਰਚਰਨ ਗਰੇਵਾਲ ਤੇ ਕਰਨੈਲ ਗਿੱਲ ਹੋਏ ਨੇ। ਵਾਹ ਜੀ। ਹਾਂਜੀ, ਉਹਨਾਂ ਨਾਲ ਵੀ ਬੜਾ ਵਾ ਵਾਸਤਾ ਪੈਂਦਾ ਰਿਹਾ ਕਿ ਉਹ ਕਾਲਜ ਦੇ ਵਿੱਚ ਆਉਂਦੇ ਸੀ ਜੀ, ਤੇ ਹਰਚਰਨ ਗਰੇਵਾਲ ਇੰਨਾ ਸੋਹਣਾ ਸੀ ਕਿ ਇਹਨਾਂ ਨੇ ਨਾਭੀ ਪੱਗ ਬੰਨੀ ਹੋਣੀ, ਨਾਭੀ ਸੀਅਤ ਕਾਰ ਹੁੰਦੀ ਸੀ ਉਦੋਂ, ਹਰ ਰੋਜ਼ ਲੁਧਿਆਣੇ ਨੂੰ ਜਾਂਦੇ ਹੱਥ ਮਾਰਦੇ ਜਾਂਦੇ ਹੁੰਦੇ ਸੀ, ਮੈਂ ਸਾਈਕਲ ਤੇ ਹੁੰਦਾ ਸੀ ਕਿ ਹੱਥ ਮਾਰਦੇ ਜਾਣਾ, ਤੇ ਬਹੁਤ ਸੋਹਣਾ ਸੀ ਆਵਾਜ਼। ਤੁਹਾਨੂੰ ਪਤਾ ਹਰਚਰਨ ਗਰੇਵਾਲ ਦੀ ਵੀ ਕਦੇ ਗੱਲ ਕਰਿਓ, ਬੜੀ ਪਿਆਰੀ ਆਵਾਜ਼। ਕਰਾਂਗੇ ਜੀ, ਜ਼ਰੂਰ ਜੀ, ਬਹੁਤ ਮਿਹਰਬਾਨੀ ਧੀਰ ਸਾਹਿਬ, ਬ੍ਰੇਕ ਲੈਣੀ ਪੈਣੀ। ਅੱਛਾ, ਅਜੇ ਮੈਂ ਤਾਂ ਗੱਲ ਹੋਰ ਕਰਨੀ ਆ ਕਿ ਤੇ ਇਹ ਫਿਰ ਇਹਨਾਂ ਦਾ ਗਰੁੱਪ ਸੀ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਚਾਰੇ ਇਹ ਥਰੂ ਆਊਟ ਇੰਡੀਆ ਗਾਉਂਦੇ ਸੀ। ਔਰ ਫਿਰ ਇਹਨਾਂ ਦੀ ਖਾਸੀਅਤ ਇਹ ਸੀ ਕਿ ਇਹ ਆਪਣੇ ਲਿਖੇ ਹੋਏ ਗੀਤ ਗਾਉਂਦੇ ਸੀ। ਬਿਲਕੁਲ ਜੀ, ਪ੍ਰਕਾਸ਼ ਕੌਰ ਜੀ ਨਾਲ ਵੀ ਇਹਨਾਂ ਨੇ ਗਾਇਆ ਜੀ। ਹਾਂਜੀ, ਬਨਾਰਸ ਯੂਨੀਵਰਸਿਟੀ ਤੋਂ ਇਹਨਾਂ ਨੇ ਮਿਊਜ਼ਿਕ ਦੀ ਡਿਗਰੀ ਲਈ ਸੀ ਉੱਥੋਂ, ਹਾਂਜੀ, ਹਿੰਦੂ ਯੂਨੀਵਰਸਿਟੀ ਬਨਾਰਸ ਤੋਂ। ਮੈਂ ਕਿਹਾ ਵੀ ਤੁਸੀਂ ਕਿਸ ਤਰ੍ਹਾਂ ਜਿਹੜੇ ਅਫਰੀਕਾ ਗਏ, ਰਮਤਾ ਦਿੱਲੀ ਵਿੱਚ, ਰਮਤਾ ਕੈਨੇਡਾ ਵਿੱਚ, ਮੈਂ ਅਫਰੀਕਾ ਬਾਰੇ ਦੱਸੋ ਤੁਸੀਂ। ਹਾਂ ਕਹਿੰਦੇ ਜਦੋਂ ਉੱਥੇ ਦੌਰੇ ਤੇ ਜਾਈਦਾ ਸੀ, ਕੋਈ ਕਰਵਾਉਂਦਾ ਸੀ ਸ਼ੋਅ, ਉਹ ਸ਼ਹਿਰ ਦੇਖੀਦੇ ਸੀ ਜਿਵੇਂ ਯੁਗੰਡਾ ਦਾ ਸ਼ਹਿਰ ਸਾਰਾ, ਫਿਰ ਬਾਅਦ ਦੇ ਵਿੱਚ ਆਪਣੇ ਆਪ ਗੀਤ ਲਿਖੀਦੇ ਸੀ ਜੀ। ਜੀ ਜੀ, ਧੀਰ ਸਾਹਿਬ ਮੇਰੇ ਕੋਲ ਬਹੁਤ ਰੈਕਰਡ ਨੇ। ਫਿਰ ਉਸ ਤੋਂ ਬਾਅਦ ਅੱਜ ਤੋਂ 2 ਸਾਲ ਪਹਿਲੇ ਇਹਨਾਂ ਦੀ ਜੂਨ ਦੇ ਮਹੀਨੇ ਵਿੱਚ ਡੈਥ ਹੋਈ ਆ, 92 ਸਾਲ ਦੀ ਉਮਰ ਚ। ਸਤੰਬਰ ਲਾਈਫ, ਹਾਂਜੀ, ਸਤੰਬਰ ਚ ਹੋਈ ਕਿ ਜੂਨ ਚ ਹੋਈ? ਜੂਨ ਚ ਹੋਈ ਸੀ, ਮੈਂ ਗਿਆ ਸੀ ਫਿਊਨਰਲ ਤੇ, ਇਕਬਾਲ ਮਾਲ ਵੀ ਉੱਥੇ ਸੀ। ਹਾਂਜੀ,
ਤੇ ਉਹ ਇਹਨਾਂ ਦੀ ਲਾਈਫ ਬੜੀ ਰੋਮਾਂਟਿਕ ਸੀ ਪਰ ਆਖਰੀ 2 ਸਾਲ ਵਿੱਚ ਨਾ ਇਹ ਗੁਪਤਵਾਸ ਦੇ ਵਿੱਚ ਚਲੇ ਗਏ। ਮੈਨੂੰ ਮੈਂ ਬੜਾ ਲੱਭਣ ਦੀ ਕੋਸ਼ਿਸ਼ ਕੀਤੀ ਹੋਰ ਨੇ ਵੀ ਹੋਇਆ ਕਿ ਇਹਨਾਂ ਦਾ ਦੋਤਾ ਜਿਹਨੂੰ ਇਹ ਬਹੁਤ ਪਿਆਰ ਕਰਦੇ ਸੀ ਨੌਜਵਾਨ ਮੁੰਡਾ ਉਹ ਮੈਕਸੀਕੋ ਦੇ ਵਿੱਚ ਗੁਆਚ ਗਿਆ। ਅੱਛਾ ਜੀ ਮਿਲਿਆ ਉਹ ਦਿੱਲੀ ਦੇ ਵਿੱਚ ਜਦੋਂ ਇਹਨਾਂ ਨੇ ਮੇਲ ਹੋਇਆ ਰੋਜੀ ਰੋਟੀ ਵਾਸਤੇ ਉੱਥੋਂ ਚੱਲ ਗਏ ਸੀ ਦਿੱਲੀ ਇਹ ਤੇ ਦਿੱਲੀ ਦੇ ਵਿੱਚ ਕਈ ਕੰਮ ਕਰੇ ਤੇ ਉੱਥੇ ਇਹਨਾਂ ਨੂੰ ਬਰਕਤ ਪੰਜਾਬੀ ਤੇ ਤੇਜਾ ਸਿੰਘ ਸਾਬਰ ਜਿਹੜੇ ਸ਼ਾਇਰ ਆ ਉਹ ਮਿਲੇ ਸੀ ਤਾਂ ਉਹਨਾਂ ਨੇ ਇਹਨਾਂ ਨੂੰ ਰਮਤਾ ਨਾਮ ਜਿਹੜਾ ਦਿੱਤਾ ਸੀ। ਬਾਕੀ ਗੱਲਾਂ ਬਾਤਾਂ ਬ੍ਰੇਕ ਤੋਂ ਬਾਅਦ ਦੇਖਦੇ ਰਹੋ ਜਸ ਪੰਜਾਬੀ ਜੀ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਜ਼ਾਈਨੂ ਜਲਵੇ ਜੱਗੀ ਦੀ ਗੱਲਬਾਤ ਚੱਲ ਰਹੀ ਰਮਤਾ ਜੀ ਬਾਰੇ ਨਾਲ ਦੇ ਨਾਲ ਫਟਾਫਟ ਤੁਹਾਡੀਆਂ ਕਾਲਾਂ ਲੈਂਦੇ ਹਾਂ। ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਇਹ ਮਾਸੀ ਦਾ ਫੋਨ ਸੀ ਤੇ ਧਿਆਨ ਫੋਨ ਵੱਲ ਸੀ ਨਹੀਂ ਸੀ ਇਹ ਵੀ ਗੱਲ ਪੱਕੀ ਹੈ ਮੁੜ ਕੇ ਮਾਸੀ ਨੇ ਮੈਨੂੰ ਗਾਲਾਂ ਕੱਢਣੀਆਂ ਤੂੰ ਮੇਰਾ ਫੋਨ ਨਹੀਂ ਚੱਕਦਾ। ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਗੀ ਕੀ ਹਾਲ ਆ? ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਠਾਕ? ਠੀਕ ਠਾਕ ਠੀਕ ਆ ਮੈਂ ਬਲਵਿੰਦਰ ਬੋਲ ਰਹੀ ਹਾਂ ਨਾ ਐਲੇ ਤੋਂ ਬੋਲ ਰਹੀ। ਹਾਂਜੀ ਹਾਂਜੀ ਬਸ ਅਸੀਂ ਤੁਹਾਡੇ ਅੱਧ ਹਾਂਜੀ ਹਾਂ ਮੈਂ ਕਿਹਾ ਬਹੁਤ ਸੁਣੀਆਂ ਅਸੀਂ ਵੀ ਕੈਸਟਾਂ ਰਮਤੇ ਦੀਆਂ ਮੇਰਾ ਭਰਾ ਦੁਬਈ ਰਹਿੰਦਾ ਸੀ ਹਾਂਜੀ ਉਹਨੇ ਉੱਥੋਂ ਟੇਬਲ ਕਾਰਡ ਲਿਆਂਦੀ ਤੇ ਨਾਲੇ ਜਿੰਨੀਆਂ ਵੀ ਉਹਨੇ ਕੈਸਟਾਂ ਲਿਆ ਸਕਦਾ ਸੀ ਲਿਆਂਦੀਆਂ ਤੇ ਬਹੁਤ ਇੰਜੋਏ ਕਰੀ ਦਾ ਸੀ ਬੜਾ ਹੱਸੀ ਦਾ ਸੀ ਉਹਦੀਆਂ ਗੱਲਾਂ ਸੁਣ ਕੇ ਜੀ ਤੇ ਬਾਕੀ ਇਹ ਤੂੰ ਪਿਛਲੇ ਵੀਕ ਇੱਕ ਨਾ ਸਿਨਸਿਨਾਟੀ ਓਹਾਇਓ ਤੋਂ ਜਿਹੜੀ ਕੁੜੀ ਤੁਹਾਡੇ ਨਾਲ ਕਮੇਟੀ ਦੇ ਸ਼ੋਅ ਕਰਦੀ ਰਹੀ ਹਾਂਜੀ ਉਹਦਾ ਨਾਂ ਅਨੀਤਾ ਸਬਦੀਸ਼ ਨਾਮ ਹੈ ਸਾਡੇ ਨਾਲ ਪਹਿਲਾਂ ਉਹਨਾਂ ਨੇ ਡਰਾਮੇ ਵੀ ਬਹੁਤ ਕੀਤੇ ਭਗਵੰਤ ਮਾਨ ਨਾਲ ਸੀਗੇ ਤੇ ਹੁਣ ਫਿਲਮਾਂ ਦੇ ਵਿੱਚ ਕਾਫੀ ਮੈਨੂੰ ਪਤਾ ਮੈਂ ਦੇਖੇ ਪਰ ਅਨੀਤਾ ਦਾ ਲਾਸਟ ਨਾਮ ਦਾ ਨਹੀਂ ਪਤਾ ਲੱਗਦਾ ਸਬਦੀਸ਼ 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 ਹੁਣ ਪਤਾ ਲੱਗ ਗਿਆ ਅਨੀਤਾ ਸਬਦੀਸ਼ ਮੈਨੂੰ ਲੱਗ ਗਿਆ ਕਿਉਂਕਿ ਉਹ ਬਹੁਤ ਹੋਰ ਵੀ ਉਹਨੇ ਬਹੁਤ ਕੀਤੇ ਆ ਤਾਂ ਮੈਂ ਦੇਖਣਾ ਚਾਹੁੰਦੀ ਸੀ ਮੁਕਲਾਵਾ ਫਿਲਮ ਚ ਕਾਫੀ ਵਧੀਆ ਰੋਲ ਸੀਗਾ ਮੰਨਤ ਨੂਰ ਉੱਥੇ ਆਈ ਸੀ ਉਹਨੇ ਸਟੇਜ ਤੇ ਵਧੀਆ ਇਹਨਾਂ ਨੇ ਰੰਗ ਬੰਨਿਆ ਮੰਨਤ ਨੂਰ ਨੇ ਤੇ ਇਹਨਾਂ ਨੇ ਹਾਂਜੀ ਹਾਂਜੀ ਉਹ ਮੈਂ ਤਾਂ ਘਰ ਹੀ ਉਹਦੀ ਬੋਰ ਹੋ ਜਾਣੀ ਮੈਨੂੰ ਆਉਂਦਾ ਏਦਾਂ ਕੋਈ ਕਮੇਟੀ ਵਾਲੇ ਲੱਭ ਲੁੱਭ ਕੇ ਤੁਹਾਡੇ ਪੁਰਾਣੇ ਰਮਤਾ ਦੇ ਅਸੀਂ ਬਹੁਤ ਸੁਣਿਆ ਆ ਰਮਤੇ ਦੇ ਵੱਖਰਾ ਰੰਗ ਸੀਗਾ ਜੀ ਹੁਣ 2 ਸਾਲ ਪਹਿਲਾਂ ਦੀ ਗੱਲ ਆ ਡੈਥ ਦੀ ਗੱਲ ਕਰੀਏ ਤੇ 2017 ਚ ਹੀ ਹੋਈ ਸਾਡੇ ਸਾਰੇ ਕਜ਼ਨ ਮੇਰੇ ਸਾਰੀ ਫੈਮਿਲੀ ਸਾਡੇ ਦੁਬਈ ਚ ਰਹਿੰਦੇ ਸੀ ਉਹ ਕੈਸਟਾਂ ਲਿਆਉਂਦੇ ਹੁੰਦੇ ਸੀ ਉੱਥੋਂ ਤੇ ਫਿਰ ਸੁਣੀ ਦੀਆਂ ਸੀ ਹਾਂਜੀ ਹਾਂ ਨਹੀਂ ਬਹੁਤ ਵਧੀਆ ਸੀ ਚਲੋ ਅਸੀਂ ਕੋਸ਼ਿਸ਼ ਕਰੀ ਦੀ ਆ ਜੀ ਏਦਾਂ ਦੇ ਕਲਾਕਾਰ ਜਿਹੜੇ ਆ ਉਹ ਤੁਹਾਡੇ ਰੂਬਰੂ ਕਰੀਏ ਉਹਨਾਂ ਦੀਆਂ ਗੱਲਾਂ ਬਾਤਾਂ ਰੂਬਰੂ ਕਰੀਏ ਬੜੀਆਂ ਇੰਟਰਸਟ ਗੱਲਾਂ ਬਾਤਾਂ ਹੁੰਦੀਆਂ ਹਾਂ ਤੇ ਚਲੋ ਚਲੋ ਤੁਸੀਂ ਸੁਣਾਉਣਾ ਚਾਹੁੰਦੇ ਹੋ ਕੁਝ? ਨਹੀਂ ਨਹੀਂ ਸੁਣਾਉਣਾ ਨਹੀਂ ਬਸ ਆ ਹੀ ਦੋ ਚਾਰ ਓਕੇ ਵੀ ਥੈਂਕ ਯੂ ਓਕੇ ਜੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਔਰ ਨਾਲ ਦੀ ਨਾਲ ਅਗਰ ਗੱਲ ਕਰੀਏ ਤਾਂ ਬ੍ਰੇਕ ਅਸਲ 'ਚ ਬਹੁਤ ਛੇਤੀ ਆ ਜਾਂਦੀ ਹੈ ਸਮਾਂ ਮਿਲਦਾ ਨਹੀਂ ਇੱਕ ਪ੍ਰੋਗਰਾਮ ਥੋੜ੍ਹਾ ਜਿਹਾ ਲੇਟ ਸ਼ੁਰੂ ਹੋਇਆ ਇਸ ਕਰਕੇ ਵੀ ਕਾਲਾਂ ਥੋੜ੍ਹੀਆਂ ਜਿਹੀਆਂ ਘੱਟ ਲਈਆਂ ਹੋਈਆਂ ਅਤੇ ਖੈਰ ਰਮਤਾ ਜੀ ਬਾਰੇ ਗੱਲਬਾਤ ਜਿਹੜੀ ਕਰ ਰਹੇ ਹਾਂ ਪਰ ਉਸ ਤੋਂ ਪਹਿਲਾਂ ਬ੍ਰੇਕ ਲੈਣੀ ਪਏਗੀ ਬ੍ਰੇਕ ਤੋਂ ਬਾਅਦ ਫਿਰ ਅਸੀਂ ਗੱਲਬਾਤ ਕਰਾਂਗੇ ਪਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਮੈਂ ਚਾਹਾਂਗਾ ਗੀਤ ਤਾਂ ਮੈਂ ਉਹਨਾਂ ਦੇ ਛੋਟੇ ਛੋਟੇ ਕਈ ਕੱਢ ਕੇ ਲਿਆ ਸੀਗਾ ਇਹ ਜਿੰਨੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਾਂ ਕਰ ਰਿਹਾ ਉਹ ਇਕਬਾਲ ਮਾਲ ਸਾਹਿਬ ਦੀ ਕਿਤਾਬ ਹੈਗੀ ਇੱਕ ਸੁਰਾਂ ਦੇ ਸੌਦਾਗਰ ਉਹਦੇ ਸਾਰੇ ਕਲਾਕਾਰਾਂ ਬਾਰੇ ਸਾਰੀਆਂ ਮਹਾਨ ਹਸਤੀਆਂ ਬਾਰੇ ਉਹਨਾਂ ਨੇ ਲੇਖ ਲਿਖੇ ਨੇ ਅਤੇ ਉਹਨਾਂ ਦੀਆਂ ਵੀਡੀਓ ਜਿਹੜੀਆਂ ਉਹਨਾਂ ਦਾ ਪ੍ਰੋਗਰਾਮ ਚੱਲਦਾ ਉੱਥੇ ਰਿਕਾਰਡ ਕੀਤਾ ਉਹਨਾਂ ਦੇ ਵਿੱਚੋਂ ਵੀਡੀਓ ਅਸੀਂ ਤੁਹਾਨੂੰ ਸਾਂਝੀਆਂ ਕਰਦੇ ਹੁੰਦੇ ਪੁਰਾਣੇ ਜਿੰਨੇ ਕਲਾਕਾਰ ਨੇ ਸੁਰਿੰਦਰ ਕੌਰ ਜੀ ਤੋਂ ਲੈ ਕੇ ਅਸਰ ਸਿੰਘ ਮਸਤਾਨਾ ਜੀ ਤੋਂ ਲੈ ਕੇ ਜਾਂ ਹੁਣ ਸਤਿੰਦਰ ਸਰਤਾਜ ਤੱਕ ਸਾਰੇ ਇਹਨਾਂ ਦੇ ਸਟੂਡੀਓ ਦੇ ਵਿੱਚ ਜਾ ਕੇ ਉੱਥੇ ਟੋਰੋਂਟੋ ਦੇ ਵਿੱਚ ਰਿਕਾਰਡ ਕਰਾਉਂਦੇ ਨੇ ਅਤੇ ਫਿਲਹਾਲ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਪਹਿਲਾਂ ਤੁਸੀਂ ਨਾਲ ਨਾਲ ਦੇਖੋ ਇਹ ਗੀਤ ਅਤੇ ਉਸ ਤੋਂ ਬਾਅਦ ਬ੍ਰੇਕ ਜੀ। ਪ੍ਰੋਗਰਾਮ ਜਾਈਨੂ ਜਲਵੇ ਜੱਗੀ ਦੇ ਆਖਰੀ ਪੜਾਅ ਬਹੁਤ ਥੋੜ੍ਹਾ ਸਮਾਂ ਬਚਿਆ ਫਿਰ ਵੀ ਕੋਸ਼ਿਸ਼ ਕਰਦੇ ਇੱਕ ਅੱਧੀ ਕਾਲ ਲੈਣ ਦੀ। ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਜੱਗੀ ਜੱਗੀ ਦੇ ਨਾ ਮੇਰਾ ਫੋਨ ਕਰਤਾ ਉਦੋਂ ਤੋਂ ਮੈਂ ਨਹੀਂ ਕੱਟਿਆ ਮੈਂ ਕਹਿ ਕੇ ਹਟਿਆ ਦਰਸ਼ਕਾਂ ਨੂੰ ਮੈਂ ਕਿਹਾ ਮਾਸੀ ਨੇ ਮੈਨੂੰ ਗਾਲਾਂ ਕੱਢਣੀਆਂ ਤੇ ਫੋਨ ਮਾਸੀ ਆਪ ਨਹੀਂ ਸੁਣਦੀ ਗੱਲ ਨਹੀਂ ਮੈਂ ਬੇਟਾ ਤੈਨੂੰ ਗਾਲਾਂ ਕਿਉਂ ਕੱਢੂੰਗੀ ਲੈ ਲੈ ਮੈਂ ਫੋਨ ਨਹੀਂ ਨਹੀਂ ਚਲੋ ਚਲੋ ਹੋਰ ਸੁਣਾਓ ਠੀਕ ਹੋ ਸਮਾਂ ਬਹੁਤ ਥੋੜਾ ਇੱਕ ਗੱਲ ਹਾਂਜੀ ਸਮਾਂ ਬਹੁਤ ਥੋੜਾ ਫਟਾਫਟ ਹਾਂ ਤੇ ਸਰੀ ਮੇਰਾ ਸਾਰਾ ਦੇਖਿਆ ਮੇਰੀਆਂ ਕੁੜੀਆਂ ਦੋ ਆਦਰਸ ਬੋਰਡ ਰਹਿੰਦੇ ਆ ਸਰੀ ਸਾਰਾ ਦੇਖਿਆ ਨਹੀਂ ਇਹ ਰਮਤਾ ਜੀ ਟੋਰਾਂਟੋ ਰਹਿੰਦੇ ਸੀਗੇ
ਹਜ਼ਾਰਾ ਸਿੰਘ ਰਮਤਾ ਟੋਰਾਂਟੋ ਰਹਿੰਦੇ ਸੀਗੇ ਤੇ ਉਧਰੋਂ ਲੁਧਿਆਣੇ ਨੇੜੇ ਇਹਨਾਂ ਦਾ ਪਿੰਡ ਸੀਗਾ ਤੇ ਚਲੋ ਹੁਣ ਅੱਗੇ ਸਮਾਂ ਅੱਗੇ ਹੈ ਨਹੀਂ ਜੀ ਆ ਗਿਆ ਹੋਰ ਜਿਹੜੀ ਹੈ ਬ੍ਰੇਕ ਦਾ ਕਹਿਤਾ ਹੁਣ ਤਾਂ ਪ੍ਰੋਗਰਾਮ ਖਤਮ ਕਰਨ ਦਾ ਸਮਾਂ ਹੋ ਗਿਆ ਇਸ ਕਰਕੇ ਕਾਲਾਂ ਵੀ ਹੋਰ ਨਹੀਂ ਲੈਣੀਆਂ ਤੇ ਮਾਸੀ ਜੀ ਤੁਹਾਡੇ ਕੋਲੋਂ ਵੀ ਹੱਥ ਜੋੜ ਕੇ ਮਾਫੀ ਚਾਹੁੰਦਾ ਵੀ ਮੈਂ ਤੁਹਾਡੀ ਕਾਲ ਕੱਟਤੀ ਹੁਣ ਕੱਟੀ ਹੈ ਪਹਿਲਾਂ ਨਹੀਂ ਸੀ ਕੱਟੀ ਨਾਲੇ ਹਾਂ ਇਹ ਵੀ ਗੱਲ ਨਾਲ ਆ ਚਲੋ ਖੈਰ ਉਮੀਦ ਕਰਦੇ ਜੀ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ ਬਾਕੀ ਫੇਰਾ ਤੁਰਾ ਜਿਹੜਾ ਇੱਥੇ ਕੈਲੀਫੋਰਨੀਆ ਦੇ ਵਿੱਚ ਕਾਫੀ ਚੱਲ ਰਿਹਾ ਅੱਜ ਵੀ ਸਟੋਕਟਨ ਦੇ ਵਿੱਚ ਕਰਕੇ ਆਏ ਸ਼ੂਟਿੰਗਾਂ ਦੇ ਨੇ ਸ਼ਾਮੀ ਫਿਰ ਅੱਜ ਲਾਈਵ ਪ੍ਰੋਗਰਾਮ ਇੱਥੋਂ ਕੀਤਾ ਅਤੇ ਕੱਲ੍ਹ ਤੋਂ ਫਰੈਜ਼ਨੋ ਦੇ ਵਿੱਚ ਜਿਹੜੇ ਹੈਗੇ ਨੇ ਪ੍ਰੋਗਰਾਮ ਰਿਕਾਰਡ ਕਰਨੇ ਸ਼ੁਰੂ ਕਰਨੇ ਆ ਅਤੇ ਅਗਲਾ ਹਫ਼ਤਾ ਸਾਰਾ ਉੱਥੇ ਫਰੈਜ਼ਨੋ ਦੇ ਵਿੱਚੋਂ ਹੀ ਆਹ ਪ੍ਰੋਗਰਾਮ ਵੀ ਉੱਥੋਂ ਹੀ ਲਾਈਵ ਕਰਾਂਗੇ ਨਾਲ ਨਾਲ ਫੋਨ ਨਾਲ ਅਸੀਂ ਲੈ ਜਾਂਗੇ ਅਤੇ ਤੁਹਾਡੀਆਂ ਕਾਲਾਂ ਵੀ ਉੱਥੋਂ ਲਵਾਂਗੇ ਅਤੇ ਤੁਸੀਂ ਕੋਈ ਜਿਹੜਾ ਪ੍ਰੋਗਰਾਮ ਵਗੈਰਾ ਕਰਵਾਉਣਾ ਚਾਹੁੰਦੇ ਹੋ ਕੋਈ ਨਾ ਕੋਈ ਬਿਕਰ ਬਾਦਸ਼ਾਹ ਅਸੀਂ ਸ਼ੁਰੂ ਕਰਤਾ ਸ਼ਨੀਵਾਰ ਤੋਂ ਅਤੇ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਆਇਆ ਕਰਨਾ ਸ਼ਨੀਵਾਰ ਨੂੰ 1 ਵਜੇ ਅਤੇ ਐਤਵਾਰ ਨੂੰ ਦੁਪਹਿਰੇ 2 ਵਜੇ ਵਧੀਆ ਟਾਈਮ ਹੈ ਐਤਵਾਰ ਨੂੰ ਵੀ ਦੁਪਹਿਰੇ 2 ਵਜੇ ਤੱਕ ਬੰਦਾ ਗੁਰੂ ਘਰ ਤੋਂ ਹੋ ਕੇ ਮੱਥਾ ਵਗੈਰਾ ਟੇਕ ਕੇ ਦਰਸ਼ਨ ਕਰਕੇ ਅਤੇ ਵਾਪਸ ਆ ਜਾਂਦਾ ਅਤੇ ਸ਼ਨੀਵਾਰ ਤੋਂ 1 ਵਜੇ ਬੰਦਾ ਘਰ ਹੀ ਹੁੰਦਾ ਰੈਸਟੋਰੈਂਟਾਂ ਦੀ ਗੱਲ ਕਰੀਏ ਰੈਸਟੋਰੈਂਟਾਂ ਵਿੱਚ ਸ਼ਨੀਵਾਰ ਪੂਰਾ ਦਿਨ ਹੁੰਦਾ ਪੂਰਾ ਵਧੀਆ ਔਰ ਉਸ ਸਮੇਂ ਦੇਖ ਸਕਦੇ ਹਾਂ ਅਤੇ ਇੱਕ ਅਸੀਂ ਨਵਾਂ ਸ਼ੋਅ ਟਰੱਕ ਸ਼ੋਅ ਸ਼ੁਰੂ ਕੀਤਾ ਹੈ ਟਰੱਕਾਂ ਦੀ ਜ਼ਿੰਦਗੀ 'ਤੇ ਟਰੱਕਾਂ ਵਾਲਿਆਂ ਦੀ ਜ਼ਿੰਦਗੀ 'ਤੇ ਕੰਪਨੀਆਂ ਦੀ ਜ਼ਿੰਦਗੀ 'ਤੇ ਅੱਜ ਕੱਲ੍ਹ ਹਾਲ ਜਿਹੜਾ ਹੈਗਾ ਉਹ ਕੀ ਆ ਟਰੱਕਾਂ ਦਾ ਆਪਾਂ ਨੂੰ ਪਤਾ ਹੀ ਹੈ ਅਤੇ ਟਰੱਕਾਂ ਦੀ ਅਗਰ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ 'ਚ ਹੋਰ ਬੜਾ ਕੰਪੀਟੀਸ਼ਨ ਹੋ ਰਿਹਾ ਕਿਉਂਕਿ ਉਬਰ ਵਗੈਰਾ ਸਾਰੀਆਂ ਜਿਹੜੀਆਂ ਉਹ ਟਰੱਕ ਆਪਣੇ ਲਾਂਚ ਕਰ ਰਹੀਆਂ ਨੇ ਅਤੇ ਇੱਕ ਪ੍ਰੋਗਰਾਮ ਅਸੀਂ ਉਹਦੇ ਬਾਰੇ ਸ਼ੁਰੂ ਕਰਨ ਜਾ ਰਹੇ ਹਾਂ ਉਹ ਅਜੇ ਸ਼ੁਰੂ ਨਹੀਂ ਕੀਤਾ ਉਹਨੂੰ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਕਰਾਂਗੇ ਕੋਈ ਵੀ ਪ੍ਰੋਗਰਾਮ ਤੁਸੀਂ ਰਿਕਾਰਡ ਕਰਾਉਣਾ ਚਾਹੁੰਦੇ ਹੋ ਫਰਿਜਨੋ ਏਰੀਏ ਦੇ ਵਿੱਚ ਜਾਂ ਬੇਕਰਸ ਫੀਲਡ ਜਾਂ ਕਹਿ ਲਓ ਸਲਮਾ ਇੱਧਰ ਮਡੇਰਾ ਮਰਸਡ ਕਿਤੇ ਵੀ ਕੋਈ ਪ੍ਰੋਗਰਾਮ ਜਿਹੜਾ ਰਿਕਾਰਡ ਕਰਾਉਣਾ ਚਾਹੁੰਦੇ ਹੋ ਅਗਲੇ 2-4 ਦਿਨ ਦੇ ਵਿੱਚ ਸ਼ਨੀਵਾਰ ਤੱਕ ਤਾਂ ਅਸੀਂ ਉੱਥੇ ਅਵੇਲੇਬਲ ਹੋਵਾਂਗੇ ਸੋ ਉਮੀਦ ਕਰਦੇ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਏਗਾ ਜੀ ਤੁਸੀਂ ਆਨੰਦ ਮਾਣਿਆ ਹੋਏਗਾ ਪ੍ਰੋਗਰਾਮ ਦਾ ਔਰ ਈਮੇਲ ਕਰ ਸਕਦੇ ਹੋ ਕਿਸੇ ਵੀ ਗੱਲਬਾਤ ਵਾਸਤੇ jaggi@jasbroadcasting.com ਜਾਂ ਫਿਰ info@jasbroadcasting.com 'ਤੇ ਤੁਸੀਂ ਅਕਸਰ ਈਮੇਲ ਕਰਦੇ ਹੋ ਨਾਲ ਦੀ ਨਾਲ ਸਾਡੇ ਵਟਸਐਪ ਦਾ ਨੰਬਰ ਹੈਗਾ ਫੇਸਬੁੱਕ ਦਾ ਨੰਬਰ ਹੈਗਾ ਉੱਤੇ ਵੀ ਤੁਹਾਡੇ ਸੁਨੇਹੇ ਆਉਂਦੇ ਨੇ ਅਸੀਂ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰੀ ਦੀ ਹੈ ਸਾਰਿਆਂ ਨੂੰ ਫਿਰ ਵੀ ਕਈ ਵਾਰੀ ਜਵਾਬ ਨਹੀਂ ਦੇ ਹੁੰਦਾ ਪਰ ਫਿਰ ਵੀ ਅਸੀਂ ਤੁਹਾਡੀ ਸਭ ਦੀ ਸਹੂਲਤ ਨੂੰ ਦੇਖਦੇ ਹੋਏ ਤੁਹਾਡੇ ਸਭ ਨੂੰ ਇਹ ਕਿ ਸਟੂਡੀਓ ਦੇ ਵਿੱਚ ਕਈ ਵਾਰੀ ਫੋਨ ਨੰਬਰ ਮਿਲਦਾ ਨਹੀਂ ਜਾਂ ਟਾਈਮ ਉਲਟ ਹੁੰਦਾ ਇੱਥੋਂ ਦੇ ਹਿਸਾਬ ਨਾਲ ਸਟੂਡੀਓ ਦਾ ਸੋ ਅਸੀਂ ਸੈੱਲ ਨੰਬਰ ਜਿਹੜੇ ਆ ਮੇਰਾ ਇੱਧਰ ਵੈਸਟ ਕੋਸਟ ਵਾਸਤੇ ਅਤੇ ਈਸਟ ਕੋਸਟ ਵਾਸਤੇ ਅਸ਼ਮਿਤਾ ਜੀ ਜਿਹੜੇ ਹੈਗੇ ਨੇ ਸਾਡੇ ਡਾਇਰੈਕਟਰ ਮਾਰਕੀਟਿੰਗ ਉਹਨਾਂ ਦਾ ਸੈੱਲ ਨੰਬਰ ਅਸੀਂ ਸਾਡੇ ਟੀ ਵੀ 'ਤੇ ਆਉਂਦਾ ਮੇਰਾ ਮੈਂ ਦੱਸ ਦਿੰਦਾ 209-450-33-2 209-450-3362 'ਤੇ ਕਦੇ ਵੀ ਕੋਈ ਗੱਲਬਾਤ ਵੈਸਟ ਕੋਸਟ ਦੀ ਕੈਲੀਫੋਰਨੀਆ ਦੀ ਹੈਗੀ ਜਾਂ ਅਮੈਰੀਕਾ ਦੀ ਹੈਗੀ ਆ ਤਾਂ ਤੁਸੀਂ ਕਦੇ ਵੀ ਕੋਈ ਗੱਲਬਾਤ ਕਰਨੀ ਚਾਹੋ ਕਰ ਸਕਦੇ ਹੋ ਅੱਜ ਲਈ ਇੰਨਾ ਹੀ ਕਾਫੀ ਗੁਸਤਾਖੀ ਲਈ ਮਾਫੀ ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰੱਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ